ਸਤਿ ਸ਼੍ਰੀ ਅਕਾਲ, ਸਵਾਗਤ, ਨਮਸਕਾਰ, ਪ੍ਰਣਾਮ। ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਟਿਵਾਣਾ, ਸ਼ਹਿਰ ਪਟਿਆਲਾ, ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲੇ ਤੋਂ, ਅਤੇ ਟਿਵਾਣਾ ਟੀਵੀ ਅਤੇ ਰੇਡੀਓ ਪ੍ਰੋਗਰਾਮ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ ਅਤੇ ਇਸਤਕਬਾਲ ਨਾਲ ਸਵਾਗਤ ਕਰਦੇ ਹਾਂ। ਸਰ ਰਣਜੀਤ ਸਿੰਘ ਕੁੱਕੀ ਗਿੱਲ ਹੋਰਾਂ ਦਾ, ਗਿੱਲ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ। ਥੈਂਕ ਯੂ ਯਾਰ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਮਿਹਰਬਾਨੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ, ਸ਼ੁਰੂਆਤ ਕਰੀਏ, ਕਈ ਸਾਰੀਆਂ ਇਸ਼ੂਜ਼ ਅਤੇ ਮਸਲਿਆਂ 'ਤੇ ਆਪਾਂ ਗੱਲਬਾਤ ਕਰਨੀ ਹੈ। ਪਿਛਲੇ ਦਿਨਾਂ ਤੋਂ ਇੱਕ ਗੱਲਬਾਤ ਸਾਹਮਣੇ ਆਈ ਸੀ, ਜਗਮਨਦੀਪ ਸਿੰਘ ਨਾਂ ਦਾ ਇੱਕ ਕੈਨੇਡੀਅਨ ਲੜਕਾ, ਜਿਸਨੇ ਪਹਿਲਾਂ ਵੀ ਭਗਵੰਤ ਮਾਨ ਹੋਰਾਂ 'ਤੇ, ਹੁਣ ਫਿਰ ਵੀ ਉਹਨਾਂ 'ਤੇ ਕੁਛ ਦੋਸ਼ ਲਾਏ ਨੇ, ਪੰਜਾਬ ਨਾਲ ਸੰਬੰਧਿਤ ਹੈ, ਕੈਨੇਡਾ ਵੱਸਦਾ। ਉਹਨਾਂ ਨੇ ਮਨਜਿੰਦਰ ਸਿੰਘ ਸਿਰਸਾ 'ਤੇ ਕੁਛ ਦੋਸ਼ ਲਾਏ ਸਨ ਮਨੀ ਟ੍ਰਾਂਜੈਕਸ਼ਨਸ ਨੂੰ ਲੈ ਕੇ। ਇਸ ਸਿਲਸਿਲੇ ਦੇ ਵਿੱਚ ਉਸ ਗੱਲਬਾਤ ਦੇ ਵਿੱਚ ਅੰਸ਼ ਗੁਰੂ ਘਰ ਨਾਲ ਵੀ ਜੁੜਦੇ ਸੀ, ਜਿਸ ਨੂੰ ਲੈ ਕੇ ਦਿੱਲੀ ਕਮੇਟੀ ਵੱਲੋਂ ਪਰਮਜੀਤ ਸਿੰਘ ਸਰਨਾ ਹੋ ਰਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਜਸਰ ਸਾਹਿਬ ਕੋਲ ਪੁੱਜੇ ਨੇ ਕਿ ਕਿਉਂਕਿ ਗੁਰੂ ਮਰਿਆਦਾ ਦਾ ਮਾਮਲਾ, ਗੁਰੂ ਘਰ ਨਾਲ ਸੰਬੰਧਿਤ ਇਹ ਮਾਮਲਾ, ਸੋ ਇਸ ਕਰਕੇ ਮਨਜਿੰਦਰ ਸਿੰਘ ਸਿਰਸਾ 'ਤੇ ਕਾਰਵਾਈ ਕੀਤੀ ਜਾਵੇ। ਜੀ, ਕੀ ਲੱਗਦਾ ਇਸ ਦੇ ਵਿੱਚ? ਪਰ ਦੋਸ਼ ਲਾਉਣ ਵਾਲੇ ਦੀ ਕ੍ਰੈਡੀਬਿਲਟੀ 'ਤੇ ਵੀ ਸਵਾਲ ਨੇ ਕੁਛ, ਅਤੇ ਦੋਸ਼ ਗੰਭੀਰ ਨੇ। ਜੀ, ਨੋ ਡਾਊਟ ਕਿ ਉਹ ਤਾਂ ਜਿਹੜਾ ਕੈਨੇਡੀਅਨ ਉਹ ਤਾਂ ਕਹਿ ਹੀ ਰਿਹਾ ਕਿ ਮੈਂ ਤਾਂ ਰੰਗਬਾਜ਼ ਹੈਗੇ ਹਾਂ, ਪਰ ਉਹਨੇ ਜਿਹੜੇ ਸਵਾਲ ਉਠਾਏ ਨੇ ਉਹ ਲੱਗਦੇ ਪੁਖਤਾ ਸਵਾਲ ਨੇ, ਜਦਕਿ ਉਹ ਨਾਲ ਆਪਣੀਆਂ ਬੈਂਕ ਰਸੀਟਸ ਵੀ ਦੇ ਰਿਹਾ, ਸਾਰਾ ਕੁਛ ਦੇ ਰਿਹਾ ਹੈ। ਕਿਉਂਕਿ ਨਾਲ ਉਹ ਸੈਡਨਿੰਗ ਸਾਡੇ ਲਈ, ਇੱਥੇ ਆਸਪੈਕਟ ਐਗਰੀਕਲਚਰ ਮਿਨਿਸਟਰ ਦਾ ਨਹੀਂ ਹੈਗਾ, ਸਾਡੇ ਲਈ ਆਸਪੈਕਟ ਹੈਗਾ ਕਿ ਸਾਡੇ ਸਿੱਖ ਇੰਸਟੀਟਿਊਸ਼ਨ ਦਾ ਨਾਂ ਆ ਰਿਹਾ ਵਿੱਚ। ਉਹ ਇੰਸਟੀਟਿਊਸ਼ਨ ਦਾ ਨਾਂ ਆਉਣ ਕਰਕੇ ਉਹਦੀ ਇੱਕ ਕ੍ਰੈਡੀਬਿਲਿਟੀ ਤੇ ਇਫੈਕਟ ਪੈ ਰਿਹਾ। ਉਹਦੇ ਵਿੱਚ ਜਿਹੜਾ ਸਰਦਾਰ ਮਨਜਿੰਦਰ ਸਿੰਘ ਸਰਸੇ ਦਾ ਨਾਂ ਆਉਣਾ ਵਿੱਚ, ਬਤੌਰ ਪ੍ਰਧਾਨ, ਐਜ਼ ਏ ਨੋਰਮਲ ਸਿਟੀਜ਼ਨ ਨਹੀਂ, ਐਜ਼ ਬਤੌਰ ਪ੍ਰਧਾਨ, ਉਹਦੇ 'ਤੇ ਜਿਸ ਤਰ੍ਹਾਂ ਉਹਨਾਂ ਦੇ ਓਪੋਜ਼ਿਟ ਗਰੁੱਪਸ ਲਾ ਰਹੇ ਹੈਗੇ ਆ ਕਿ ਇਹਨਾਂ ਦੀ 2008-09 ਤੱਕ ਤਾਂ ਇਹ ਬਰਸਾਤੀਆਂ 'ਚ ਰਹਿੰਦੇ ਸੀ, ਹਾਂ ਬਿਲਕੁਲ, ਇੰਨੀ ਜ਼ਿਆਦਾ ਡਰਮੈਟਿਕ ਰਾਈਸ ਇਹਨਾਂ ਦੀ ਕਿਸ ਤਰ੍ਹਾਂ ਹੋਈ ਹੈਗੀ, ਪਰ ਉਹਦੇ 'ਚ ਇਹ ਸਵਾਲ ਇਹ ਵੀ ਆਉਂਦੇ ਆ ਵੀ ਡਰਮੈਟਿਕ ਰਾਈਸ ਤਾਂ ਇਹਨਾਂ ਦੀ ਉਦੋਂ ਹੋਈ ਆ ਜਦੋਂ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦੇ ਨੇੜੇ ਆਏ ਆ। ਇਹ ਵੀ ਤਾਂ ਇੱਕ ਬਹੁਤ ਵੱਡਾ ਰੀਜ਼ਨ ਆ, ਤੇ ਦੋਸ਼ ਲਾਉਣ ਵਾਲੇ ਵੀ ਉਸੇ ਸੁਖਬੀਰ ਸਿੰਘ ਬਾਦਲ ਦੇ ਹੁਣ ਨਜ਼ਦੀਕੀ ਨੇ, ਪਹਿਲਾਂ ਵਿਰੋਧੀ ਸੀਗੇ, ਕੀ ਆ ਪਹਿਲੇ ਵਿਰੋਧੀ ਸੀਗੇ, ਚੇਂਜ ਹੋਈਆਂ ਨੇ। ਉਦੋਂ ਸਰਦਾਰ ਮਨਜੀਤ ਸਿੰਘ ਜੀ ਕੇ ਵੀ ਉਹਨਾਂ ਦੇ ਨੇੜੇ ਸੀਗੇ ਬਹੁਤ ਜ਼ਿਆਦਾ, ਇੱਕ ਟੀਮ ਸੀਗੀ ਬੇਸਿਕਲੀ, ਤੇ ਸਰਨੇ ਓਪੋਜ਼ਿਟ ਗਰੁੱਪ 'ਚ ਸੀਗੇ। ਇਸ ਦੇ ਵਿੱਚ ਮਤਲਬ ਕਿ ਇਸ ਚੀਜ਼ ਨੇ ਜਿਹੜਾ ਮੇਨ ਆਸਪੈਕਟ ਆ ਨਾ, ਇਹ ਸਾਡੇ ਇੰਸਟੀਟਿਊਸ਼ਨ ਨੂੰ ਅੰਡਰ ਲਿਆਂਦਾ ਸਕੈਨਰ, ਕੀ ਸਾਡੇ ਇੰਸਟੀਟਿਊਸ਼ਨ ਮਨੀ ਲਾਂਡਰਿੰਗ ਦੀ ਹੱਬ ਹੈਗੀ ਆ, ਜੇ ਸਾਨੂੰ ਕੋਈ ਸ਼ੋਰਟਸ ਮਿਲੀਆਂ ਹੋਈਆਂ ਹੈਗੀਆਂ ਪੈਸੇ ਜਮ੍ਹਾਂ ਕਰਾਉਣ ਜਾਂ ਕਰਨ ਦੀ, ਕਿ ਸਾਡੇ ਅਕਾਊਂਟਸ ਚੈੱਕ ਨਹੀਂ ਹੁੰਦੇ, ਤਾਂ ਕੀ ਆਰ ਵੀ ਗੋਇੰਗ ਟੂ ਮਿਸ ਯੂਜ਼ ਦਾ? ਇਹਦਾ ਮਤਲਬ ਮਿਸ ਯੂਜ਼ ਉਹਨਾਂ ਦੇ ਪਰਸਨਲ ਰੀਜ਼ਨਸ ਕਰਕੇ ਵੀ ਹੁੰਦੇ ਹੋਣਗੇ। ਜੀ ਬਿਲਕੁਲ, ਬਿਜ਼ਨਸਮੈਨ ਨੇ ਸਾਰੀ, ਵੈਸੇ ਪ੍ਰਬੰਧਕ ਸਾਰੇ ਬਿਜ਼ਨਸਮੈਨ ਨੇ ਦੀ ਪਰਸਨਲ ਵੈਲਥ ਲਈ ਵੀ ਉਹ ਇੱਕ ਜ਼ਰੀਆ ਬਣਿਆ ਹੈਗਾ, ਕੋਰੀਡੋਰ। ਉਸ 'ਚ ਮੇਨ ਇਸ਼ੂ ਉਹ ਆ, ਠੀਕ ਆ ਉਹਨੇ ਐਗਰੀਕਲਚਰ ਮਿਨਿਸਟਰੀ ਦੇ ਉਠਾਏ ਦੇ ਜਿਸ ਤਰ੍ਹਾਂ ਹੈਗਾ, ਉਹ ਤਾਂ ਪਰਸਨਲ ਮੈਟਰ ਹੈਗਾ ਜੀ, ਦੈਟ ਹੈਜ਼ ਟੂ ਡੀਲ ਵਿਦ ਦਾ ਮੋਦੀ ਗਵਰਨਮੈਂਟ, ਕਿ ਉਹ ਉਹਨੂੰ ਕਿਸ ਤਰ੍ਹਾਂ ਡੀਲ ਕਰਦੀ ਹੈਗੀ ਆ। ਪਰ ਜਿਹੜੇ ਸਿੱਖਾਂ ਦੇ ਫਿਰ, ਪਰ ਇਹਦੀ ਇਹ ਵੀ ਇੱਕ ਰੈਮਡੀ ਨਹੀਂ ਗੀ ਕਿ ਆਪਾਂ ਖਾਲਤਕ ਸਾਹਿਬ 'ਤੇ ਜਾ ਕੇ ਇਹ ਕਹਿੰਦੇ ਵੀ ਅਸੀਂ ਉਹਨੂੰ ਤਰਖਈਆ ਕਰਾਰ ਤਾਂ ਦੇ ਰਹੇ ਹੈਗੇ ਕਿ ਉਹਨੇ ਇਹ ਕੀਤਾ ਸੀ ਕਿ ਮੈਂ ਹੁਣ ਤੋਂ ਦਾੜੀ ਰੰਗੂਗਾ ਨਹੀਂ, ਤੇ ਹੁਣ ਦਾੜੀ ਫਿਰ ਦੁਬਾਰਾ ਰੰਗ ਰਿਹਾ, ਵੀ ਇਸ ਕਰਕੇ ਉਹਨੂੰ ਤਨਖਈਆ ਕਰਾਰ ਦਿੱਤਾ ਜਾਵੇ। ਉਹ ਤਾਂ ਚਲੋ ਮਰਿਆਦਾ ਦਾ ਵੱਖਰਾ ਮਾਮਲਾ, ਤੇ ਪਰ ਇਹਦੇ 'ਚ ਗਿੱਲ ਸਾਹਿਬ ਕਿਉਂਕਿ ਖੇਮਾ ਬਦਲ ਗਿਆ, ਭਾਵੇਂ ਇਸ ਤੋਂ ਵੱਡੇ ਦੋਸ਼ ਲੱਗਦੇ ਜੇ ਉਹ ਬਾਦਲ ਅਕਾਲੀ ਦਲ 'ਚ ਹੀ ਰਹਿੰਦੇ, ਮਨਜਿੰਦਰ ਸਿੰਘ ਸਿਰਸਾ ਤਾਂ ਇਸ ਤਰ੍ਹਾਂ ਦੇ ਉਹਨਾਂ ਦੇ ਖਿਲਾਫ਼ ਸ਼ਿਕਾਇਤ ਵੀ ਨਹੀਂ ਸੀ ਜਾਣੀ, ਖਾਸ ਕਰਕੇ ਅਕਾਲੀ ਦਲ ਬਾਦਲ ਦੀ ਤਰਫੋਂ ਜੋ ਗਈ ਹੈ। ਸ਼ਿਕਾਇਤ ਤਾਂ ਉਦੋਂ ਹੁੰਦੀ ਆ ਜਦੋਂ ਉਹਨਾਂ ਦੇ ਕਲੋਜ਼ ਸੀਗੇ ਉਹ, ਉਸ ਨਾਲ ਤਾਂ ਫਿਰ ਐਸਟੀਪੀਸੀ ਦੇ ਵੀ ਸਵਾਲ ਖੜੇ ਹੋ ਜਾਣਗੇ ਵੀ ਕਿਤੇ ਐਸਟੀਪੀਸੀ ਵੀ ਇੱਦਾਂ ਦਾ ਕੋਰੀਡੋਰ ਤਾਂ ਨਹੀਂ ਗਿਆ, ਕਿਉਂਕਿ ਉਹਦੇ ਨਾਲ ਵੀ ਬਹੁਤ ਫੈਸੀਨੇਸ਼ਨ ਆ ਇੱਕ ਪਰਿਵਾਰ ਕਿ ਸਾਡੇ ਕੰਟਰੋਲ 'ਚੋਂ ਨਹੀਂ ਜਾਣਾ ਚਾਹੀਦਾ, ਉਹ ਵੀ ਬਹੁਤ ਵੱਡੇ ਬਿਜ਼ਨਸਮੈਨ ਨੇ ਬੇਸਿਕਲੀ ਜੀ, ਤੇ ਇਹ ਤਾਂ ਫਿਰ ਬਦਲ ਕੇ ਇਹ ਸਾਰੇ ਦੇ ਬਹੁਤ ਸੀਰੀਅਸ ਕੁਐਸਚਨਸ ਉੱਠ ਰਹੇ ਨੇ ਸਾਰੇ ਕਾਸੇ ਦੇ।
ਪਰ ਇਹਦੇ 'ਚ ਦੇਖੋ ਗਿੱਲ ਸਾਹਿਬ, ਜਿਸ ਤਰ੍ਹਾਂ ਹੁਣ ਦਿੱਲੀ ਕਮੇਟੀ ਹੈ, ਮਨਜਿੰਦਰ ਸਿੰਘ ਸਿਰਸਾ ਜਾਂ ਉਹ ਸਾਰੇ ਲੋਕ ਬੀਜੇਪੀ ਵੱਲ ਚਲੇ ਗਏ ਨੇ, ਅਤੇ ਇਹ ਅਜੇ ਤੋੜ ਵਿਛੋੜਾ ਕੀਤਾ ਹੋਇਆ, ਮੁੜ ਕੇ ਅਲਾਇੰਸ ਨਹੀਂ ਹੋਇਆ ਅਕਾਲੀ ਦਲ ਬਾਦਲ ਦਾ, SGPC ਦਾ ਬਜਟ ਤਾਂ ਉਹਨਾਂ ਤੋਂ ਵੀ ਵੱਡਾ ਹੈ, ਕੀ ਫਿਰ ਇਸ ਤਰ੍ਹਾਂ ਦੇ ਦੋਸ਼ ਕਾਰਗੁਜ਼ਾਰੀਆਂ ਇਹਨਾਂ ਵਾਲੇ ਇਹਨਾਂ 'ਤੇ ਨਹੀਂ ਲਾਉਣਗੇ ਦੂਸਰੇ ਧਿਰ ਵਾਲੇ? ਜਾਂ ਇਹਦੇ 'ਤੇ ਤੁਹਾਨੂੰ ਕੀ ਲੱਗਦਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕਿਸ ਤਰ੍ਹਾਂ ਦਾ ਐਕਸ਼ਨ ਲੈ ਸਕਦੇ ਆ, ਕਿਸ ਤਰ੍ਹਾਂ ਦੀ ਕਾਰਵਾਈ ਲੈ ਸਕਦੇ ਆ, ਅਤੇ ਲੋਕਾਂ 'ਚ ਇਸ ਦਾ ਕੀ ਰਿਐਕਸ਼ਨ ਗਿਆ? ਜੀ ਇਹਦੇ 'ਚ ਲੋਕਾਂ ਵਿੱਚ ਤਾਂ ਮੇਰਾ ਖਿਆਲ ਜੇ ਸਿੱਖ ਆਵਾਮ 'ਚ ਦੇਖਿਆ ਜਾਵੇ ਤਾਂ ਉਹਨਾਂ ਨੂੰ ਨਿਰਾਸ਼ਤਾ ਹੀ ਹੋਈ ਹੋਊਗੀ ਵੀ ਇਹ ਬੁਰੀ ਕੀ ਤਰ੍ਹਾਂ ਸਾਡੇ ਇੰਸਟੀਟਿਊਸ਼ਨਸ ਜਿਹੜੇ ਹੈਗੇ ਆ ਉਹ ਇਸ ਪੱਧਰ ਤੱਕ ਆ ਚੁੱਕੇ ਹੋਏ ਆ। ਜਿਹੜੇ ਜਿਹੜੇ ਸਿੱਖ ਬਾਦਲ ਅਕਾਲੀ ਦਲ ਜਾਂ ਕਿਸੇ ਵੀ ਧਿਰ ਨੂੰ ਛੱਡ ਕੇ ਬੀਜੇਪੀ 'ਚ ਗਏ ਨੇ, ਭਾਵੇਂ ਉਹ ਢੀਂਡਸਾ ਸਾਹਿਬ ਆ ਜਾਂ ਹੋਰ ਹੈ, ਉਹਨਾਂ ਦੀ ਵੀ ਬੁਕਤ ਘਟੀ ਹੈ, ਕਿਉਂਕਿ SSGPC ਚੋਣਾਂ 'ਚ ਗਿੱਲ ਸਾਹਿਬ ਆਪਾਂ ਵੇਖ ਲਿਆ ਕਿ ਉਹਨਾਂ ਦਾ ਵੋਟ ਪ੍ਰਤੀਸ਼ਤ ਘਟਿਆ, ਪਰ ਮਨਜਿੰਦਰ ਸਿੰਘ ਸਿਰਸਾ ਵਾਲੇ ਇਸ ਮਾਮਲੇ ਨਾਲ ਜਿਹੜੇ ਬੀਜੇਪੀ ਅਲਾਇੰਸ ਵਾਲੇ ਸਿੱਖ ਨੇ, ਉਹਨਾਂ ਦਾ ਲੋਕਾਂ 'ਚ 65 ਹੋਰ ਨਹੀਂ ਘਟੇਗੀ? ਨਹੀਂ ਉਹਨਾਂ ਦੀ ਕ੍ਰੈਡੀਬਿਲਟੀ ਐਟ ਦਾ ਲੋਸਟ ਲੈਵਲ ਆ ਗਈ ਹੈਗੀ ਆ ਵੀ ਕੀ ਸਿੱਖ ਵੋਟਰਸ ਦੀ ਇਨਫਲੂਐਂਸ ਕਰ ਸਕਦੇ ਆ ਕਿ ਨਹੀਂ, ਜਿਹਦੇ ਕਰਕੇ ਉਹਨਾਂ ਨੂੰ ਬੀਜੇਪੀ 'ਚ ਲੈ ਕੇ ਜਾਇਆ ਗਿਆ ਜੀ, ਤੇ ਕੀ ਉਹ ਵੋਟਰ ਇਨਫਲੂਐਂਸ ਕਰ ਵੀ ਸਕਣਗੇ ਸਿੱਖ ਕਮਿਊਨਿਟੀ ਦੇ ਵਿੱਚ, ਕਿਉਂਕਿ ਜਦੋਂ ਸਿੱਖ ਕਮਿਊਨਿਟੀ ਦੇ ਐਡੇ ਵੱਡੇ ਲੈਵਲ ਤੇ ਤਰ੍ਹਾਂ ਮੈਂ ਉਹਨਾਂ ਦੀ ਮਿਸਟਰ ਸਰਦਾਰ ਸਰ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਣੀ ਆ ਸਰਦਾਰ ਮਨਜੀਤ ਸਿੰਘ ਹੋਣਾ ਦੀ, ਉਹਨਾਂ ਨੇ ਆਪਣੇ ਮੈਂਬਰ ਭੇਜੇ ਨੇ ਐਗਜ਼ੈਕਟਿਵ ਕਮੇਟੀ ਦੇ ਵੀ ਸਾਨੂੰ ਰੈਕਡ ਦਿਖਾਓ ਸਾਰਾ। ਉਹ ਰੈਕਡ ਦਿਖਾਉਂਦੇ 21 ਤੱਕ ਦਾ, 2021 ਦਾ, ਉਹ ਕਹਿੰਦੇ ਵੀ ਸਾਨੂੰ 2019-20 ਦਾ ਦਿਖਾਓ ਜਿਸ ਬਾਰੇ ਉਹ ਕੈਨੇਡੀਅਨ ਗੱਲ ਕਰ ਰਿਹਾ ਹੈਗਾ, ਉਹ ਰੈਕਡ ਉਹ ਦਿਖਾ ਨਹੀਂ ਰਹੇ। ਫਿਰ ਰੈਕਡ ਤਾਂ ਫਿਰ ਸਾਰੀਆਂ ਰਸੀਵਸ ਚੈੱਕ ਹੋਣਗੀਆਂ ਨਾ ਵੀ ਬਾਕੀ ਟ੍ਰਾਂਜੈਕਸ਼ਨਸ ਹੋਈਆਂ ਨੇ ਕਿ ਨਹੀਂ ਹੋਈਆਂ। ਉਹਦੇ 34 ਕਿਲੋ ਸੋਨੇ ਦਾ ਵੀ ਰੌਲਾ ਪੈਂਦਾ ਹੈਗਾ ਵੀ ਕਿਸੇ ਨੇ ਇੰਨਾ ਵੱਡਾ ਮੱਥਾ ਟੇਕਿਆ ਹੈਗਾ, ਉਹ ਸੋਨਾ ਗਿਆ ਕਿਤੇ ਹੈਗਾ ਜੇ ਟੇਕਿਆ ਮੱਥਾ ਦਾ, ਤਾਂ ਕਿਹਨੇ ਟੇਕਿਆ ਹੈਗਾ, ਉਹਦੀ ਆਇਡੈਂਟੀ ਅਜੇ ਬਾਹਰ ਨਹੀਂ ਆਏਗੀ ਵੀ ਕੌਣ ਹੈਗਾ। ਪਰ ਉਹ ਬੰਦਾ ਦਾਅਵਾ ਕਰ ਰਿਹਾ ਕੈਨੇਡਾ 'ਚੋਂ ਕਿ ਮੇਰੇ ਕੋਲ ਹੋਰ ਵੀ ਟੇਪਸ ਬਹੁਤ ਨੇ, ਜਿਹੜਾ ਵੀ ਮੈਂ ਉਹਦੇ ਵਿੱਚ ਮੇਰੇ ਕੋਲ ਹੋਰ ਵੀ ਮੈਂ ਖੁਲਾਸੇ ਕਰ ਸਕਦਾ। ਪਰ ਉਹਨੇ ਤਾਂ ਜਿਸ ਤਰ੍ਹਾਂ ਪੰਜਾਬ ਦੇ ਚੀਫ ਮਿਨਿਸਟਰ 'ਤੇ ਕਲੇਮ ਕੀਤਾ ਹੈਗਾ, ਉਹ ਉਹਨਾਂ ਦੀ ਵੀ ਮੋਰੈਲਿਟੀ 'ਤੇ ਬੜਾ ਵੱਡਾ ਇਸ਼ੂ ਉੱਠ ਗਿਆ ਹੈਗਾ। ਨੈਤਿਕਤਾ ਦਾ ਸਵਾਲ ਹੈਗਾ, ਭਾਵੇਂ ਕਿਸ ਤਰ੍ਹਾਂ ਵੀ ਹੈਗਾ, ਨੈਤਿਕਤਾ ਦਾ ਸਵਾਲ ਤਾਂ ਹੈਗਾ ਹੀ ਆ ਨਾ। ਬੰਦਾ ਅੱਜ ਉਹ ਚੀਫ ਮਿਨਿਸਟਰ ਪੰਜਾਬ ਆ, ਇਸ ਚੀਜ਼ ਦਾ ਵੀ ਕੀ ਉਹ ਕਬੂਤਰਬਾਜ਼ੀ ਕਰਦੇ ਰਹੇ ਆ ਜੀ? ਹਾਂ, ਇਹ ਦੋਸ਼ ਵੈਸੇ ਉਹਨਾਂ ਨੇ ਪਹਿਲਾਂ ਵੀ ਇਹ ਸਾਰੇ ਲਾਏ ਨੇ, ਹੁਣ ਰਿਪੀਟ ਕੀਤੇ ਨੇ, ਪਰ ਹੁਣ ਕਿਉਂਕਿ ਉਹ ਨਰਿੰਦਰ ਤੋਮਰ 'ਤੇ ਦੋਸ਼ ਲਾਉਣ ਤੋਂ ਬਾਅਦ ਮੁੜ ਕੇ ਫਿਰ ਫੋਰਮ ਦੇ ਵਿੱਚ ਹੈ, ਮਤਲਬ ਪਬਲਿਕ ਡੋਮੇਨ ਦੇ ਵਿੱਚ ਤਾਂ ਇਸ ਦਾ ਬਹੁਤ ਅਸਰ ਹੈ, ਪੰਜਾਬ ਗਵਰਨਮੈਂਟ 'ਤੇ ਵੀ, ਭਗਵੰਤ ਮਾਨ CM 'ਤੇ ਵੀ, ਅਤੇ ਨਰਿੰਦਰ ਸਿੰਘ ਤੋਮਰ ਜਾਂ ਬੀਜੇਪੀ ਖੇਮੇ 'ਤੇ ਵੀ। CM ਆਫਿਸ ਨੂੰ ਕੋਈ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਸੀ, ਬਣ ਕੇ ਸਰਦਾਰ ਮਨਜਿੰਦਰ ਸਿੰਘ ਸਰਸਾ ਵੀ ਕੋਈ ਆਪਣੀ ਕਲੈਰੀਫਿਕੇਸ਼ਨ ਦੇ ਨਹੀਂ ਸਕੇ, ਜਿਹਦੇ ਨਾਲ ਉਹ ਪਾਕ ਸਾਫ਼ ਦੇਖਦੇ ਹੋ। ਜਿਹੜਾ ਤੁਸੀਂ ਜੇ ਥੋੜ੍ਹਾ ਜਿਹਾ ਇਸ ਪਾਸੇ ਨੂੰ ਆਈਏ, ਕਿਉਂਕਿ ਪੱਤਰਕਾਰਤਾ ਦਾ ਅਲਾਇੰਸ ਜਦੋਂ ਪੋਲੀਟਿਕਸ ਨਾਲ ਹੋ ਜਾਏ ਤਾਂ ਬਹੁਤ ਮਾੜਾ, ਚੋਰ ਕੁੱਤੀ ਰਲਣ ਵਾਲੀ ਗੱਲ ਹੁੰਦੀ ਹੈ। ਪਿਛਲੇ ਦਿਨੀ ਮਨਜੀਤ ਸਿੰਘ ਸਿੱਧੂ ਪੱਤਰਕਾਰ ਨੇ CM ਸਾਹਿਬ ਦੇ ਬਹੁਤ ਨਜ਼ਦੀਕ ਰਹੇ ਨੇ, ਅਤੇ OSDC ਉਹ ਰਿਜ਼ਾਈਨ ਕਰ ਗਏ, ਹਾਲਾਂਕਿ ਜਵਗਰਾਵਾਂ ਕੋਠੀ ਦੇ ਮਾਮਲੇ 'ਚ ਇਹ ਪੀੜਤ ਧਿਰਾਂ ਪਹਿਲਾਂ ਉਹਨਾਂ ਕੋਲ ਵੀ ਆਈਆਂ ਸੀ, ਅਤੇ ਇਸ ਦੌਰਾਨ ਉਹਨਾਂ ਦਾ OSD ਦੇ ਅਹੁਦੇ ਤੋਂ ਲਾਂਭੇ ਹੋ ਜਾਣਾ ਦੱਸਿਆ ਜਾ ਰਿਹਾ। ਇੱਕ ਸੀਨੀਅਰ ਅਫਸਰ ਨਾਲ ਉਹਨਾਂ ਦੀ ਤਕਰਾਰ ਹੋਈ ਹੈ, ਜਿਸ ਤੋਂ ਬਾਅਦ ਸੇਮ ਡੇ ਅਸਤੀਫਾ ਲੈ ਲਿਆ ਗਿਆ। ਚੱਲ ਕੀ ਰਿਹਾ ਸਰਕਾਰ ਦੇ ਵਿੱਚ, ਪੰਜਾਬ ਗਵਰਨਮੈਂਟ 'ਚ? ਅਟਲ ਕਨਫਿਊਜ਼ਨ ਆ। ਬਲਕਿ ਜਿਸ ਤਰ੍ਹਾਂ ਤੁਸੀਂ ਹੁਣ ਇਹ ਗੱਲਾਂ ਸਾਰੀਆਂ ਛੱਡ ਦਿਓ ਜੀ, ਅੰਦਰ ਤੂੰ ਸ਼ਬਦਾਵਲੀ ਤਾਂ ਦੇਖ, ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਆ ਸਟੇਜਾਂ ਤੇ। ਇਸੇ ਤਰ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਿਸ ਤਰ੍ਹਾਂ ਚੀਫ ਮਿਨਿਸਟਰ ਪੰਜਾਬ ਬਾਰੇ ਸ਼ਬਦਾਵਲੀ ਵਰਤੀ ਜਾ ਰਹੀ, ਕੀ ਇਹ ਮਲੰਗਾਂ ਦੀ ਸਰਕਾਰ ਆ? ਬਲਕਿ ਉਸੇ ਲਹਿਜੇ ਵਿੱਚ ਚੀਫ ਮਿਨਿਸਟਰ ਪੰਜਾਬ ਬੋਲ ਰਹੇ ਨੇ। ਬਲਕਿ ਕੀ ਹੁਣ ਪੰਜਾਬ ਜਿਹੜਾ ਹੈਗਾ ਇੰਨਾ ਨੈਤਿਕ ਤੌਰ 'ਤੇ ਕਮਜ਼ੋਰ ਹੋ ਗਿਆ ਹੋਇਆ? ਆਪਾਂ ਮੈਸੇਜ ਕੀ ਦੇ ਰਹੇ ਆਪਣੇ ਯੂਥ ਨੂੰ ਜਾਂ ਆਪਣੇ ਆਵਾਮ ਨੂੰ ਜੀ, ਕਿ ਆਪਾਂ ਕਿਸ ਪੱਧਰ 'ਤੇ ਆ ਕੇ ਆਪਣੀ ਨੈਤਿਕਤਾ ਲੈ ਕੇ ਖੜੀ ਕਰ ਦਿੱਤੀ ਹੋਈ ਆਪਣੀ ਸ਼ਬਦਾਵਲੀ ਦੇ ਰਾਹੀਂ? ਬਲਕਿ ਦੀਸ ਕੁਸ਼ਚਨਸ ਡੂ ਰੇਸ, ਮਤਲਬ ਕਿ ਡੂ ਰੇਸ ਕੰਸਰਨਸ ਕਿ ਇਹ ਹੋ ਕੀ ਰਿਹਾ ਹੈਗਾ ਯਾਰ, ਕੀ ਆਪਾਂ ਸਬਸਟਾਂਸ ਆਪਣੇ ਕੋਲ ਮੁੱਕ ਗਏ, ਮੁੱਦੇ ਖਤਮ ਹੋ ਗਏ? ਆਪਾਂ ਜਿਹੜਾ ਕੇਂਦਰ 'ਤੇ ਕੇਂਦਰਿਤ ਹੋਣਾ ਚਾਹੀਦਾ ਸੀ ਕਿ ਜਿਹਦੇ ਕਰਕੇ ਸਾਰੀਆਂ ਐਡੀਆਂ ਵੱਡੀਆਂ ਸਮੱਸਿਆਵਾਂ ਪੰਜਾਬ 'ਚ ਖੜੀਆਂ ਨੇ ਜੀ, ਉਹ ਤਾਂ ਹੁਣ ਇੱਕ ਸੈਕੰਡਰੀ ਆਸਪੈਕਟ ਬਣ ਗਿਆ ਹੈਗਾ। ਪ੍ਰਾਇਮਰੀ ਆਸਪੈਕਟ ਦਾ ਆਪਾਂ ਆਪਸ 'ਚ ਤੂੰ ਤੂੰ ਮੈਂ ਮੈਂ ਦਿੱਤੇ ਰਹੇ ਹਾਂ।
ਬਹੁਤ ਨੀਵੇਂ ਪੱਧਰ ਦੀ। ਇਸ ਚੀਜ਼ ਦਾ ਜਿਸ ਤਰ੍ਹਾਂ ਵਿਕਰਮ ਜੀਠੀਆ ਨੇ ਹੁਣ ਸਵਾਲ ਉਠਾਏ ਨੇ ਉਸੇ ਕੈਨੇਡੀਅਨ ਦੇ ਆਧਾਰ ਤੇ, ਤਾਂ ਪਹਿਲੇ ਜਿਹੜੀ ਵੀਡੀਓ ਲੈ ਕੇ ਆਏ ਸੀ ਉਹ ਵੀਡੀਓ ਕਿੱਥੇ ਗਈ? ਜੀ ਉਹ ਹੁਣ ਵੀਡੀਓ ਦਾ ਇਸ਼ੂ ਖਤਮ ਹੀ ਹੋ ਗਿਆ। ਪਹਿਲੇ ਕਿੰਨੇ ਡਰਾਮੇ ਕੀਤੇ ਗਏ 7 ਦਿਨ ਕਿ ਜੀ ਮੇਰੇ ਕੋਲ ਵੀਡੀਓ ਆ, ਮੇਰੇ ਕੋਲ ਆਹ ਹੈਗਾ, ਉਹ ਕਿੱਥੇ, ਉਹ ਕਿੱਥੇ ਆ? ਮਤਲਬ ਕਿ ਇੰਨੀ ਛੇਤੀ ਜਿਹੜੇ ਪੋਲੀਟੀਸ਼ੀਅਨਸ ਨੇ ਰੰਗ ਬਦਲ ਰਹੇ ਆ, ਲੋਕਾਂ ਦਾ ਐਸ ਸੱਚ ਪੋਲਿਟਿਕਸ 'ਤੇ ਵਿਸ਼ਵਾਸ ਉੱਠ ਰਿਹਾ ਵੀ ਕਿ ਵਾਕਈ ਆ ਵੀ ਇਹ ਸਾਡੇ ਹੈਗੇ ਆ ਕੰਸਰਨਡ ਬੰਦੇ ਸਾਡੇ, ਜਿਨ੍ਹਾਂ ਕੋਲ ਅਸੀਂ ਕੁਝ ਤਵੱਜੋ ਰੱਖ ਸਕਦੇ ਹਾਂ ਕਿ ਸਾਡੇ ਪੰਜਾਬ ਦਾ ਕੁਝ ਕਰਨਗੇ। ਪੰਜਾਬ ਬਿਲਕੁਲ ਦਾ ਇਹ ਆ ਰਿਹਾ ਕਿ ਅਗਲੇ 16 ਸਾਲਾਂ ਵਿੱਚ ਪੰਜਾਬ ਦੇ ਪਾਣੀ ਦਾ ਪੱਧਰ 1000 ਫੀਟ ਤੋਂ ਥੱਲੇ ਬਹੁਤ ਜਾਏ। ਚਿੰਤਾਜਨਕ ਹੈ। ਉਸ ਇਸ਼ੂਸ ਬਾਰੇ ਕੋਈ ਡਿਸਕਸ਼ਨ ਹੀ ਹੈ ਨਹੀਂ ਗੀ, ਕੋਈ ਗਵਰਨਮੈਂਟ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਡਿਸਕਸ਼ਨ ਨਹੀਂ ਗੀ, ਕੋਈ ਕਿਸੇ ਤਰ੍ਹਾਂ ਦੀ ਆਪੋਜੀਸ਼ਨ ਪਾਰਟੀਜ਼ ਵੱਲੋਂ ਕੋਈ ਇਸ ਬਾਰੇ ਕੋਈ ਕੋਈ ਤਵੱਜੋ ਦੇਣ ਨੂੰ ਤਿਆਰ ਨਹੀਂ ਹੈਗਾ। ਆਪਣੇ ਅੱਗੇ ਸੀਰੀਅਸ ਡਰੱਗ ਅਬਿਊਜ਼ ਦਾ ਇਸ਼ੂ ਖੜਾ ਕਿ ਤੁਹਾਡੇ ਆਪ ਦੇ ਪੁਲਿਸਮੈਨ ਆਪ ਕਰਪਟਡ ਹੋ ਚੁੱਕੇ ਹੈਗੇ ਆ। ਜੀ ਲੇਕਿਨ ਇਸ ਚੀਜ਼ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਦੱਸੋ? ਰੋਜ਼ ਦੋ ਦੋ ਤਿੰਨ ਤਿੰਨ ਤੇ ਓਵਰਡੋਜ਼ ਦਾ ਮੌਤਾਂ। DIG ਤੱਕ ਦੇ ਨਾਮ ਆ ਰਹੇ ਨੇ ਕੇਸਾਂ ਦੇ ਵਿੱਚ, ਆਪਾਂ ਪੁਲਿਸ ਖੜੀ ਕਿੱਥੇ ਆ? ਹੁਣ ਤੁਸੀਂ ਉਹਨਾਂ ਨੇ ਦੇਖੋ ਕਿਸ ਤਰ੍ਹਾਂ ਉਹ ਸਰਵਣ ਸਿੰਘ ਧੁੰਦ ਦਾ ਨਾਂ ਲਾਇਆ MLA, ਮੈਂ ਉਹਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਇਕੱਲਾ ਮੁੰਡਾ ਘਰਦਿਆਂ ਦਾ, ਉਹਦੇ ਭਤੀਜਿਆਂ ਨਾਲ ਉਹਨੂੰ ਜੋੜ ਰਿਹਾ ਕਿਸੇ ਵੀ ਸਾਹਿਬ, ਉਹਨਾਂ ਦਾ ਗਾਂਹ ਸਗੀਰੀ ਵਿੱਚੋਂ ਕੋਈ ਬੰਦਾ ਦੂਰ ਦੁਰਾਡੇ, ਉਹਦੀ ਕੋਈ ਜ਼ਿੰਮੇਵਾਰੀ ਵੀ ਨਹੀਂ, ਕੋਈ ਕਿਹਦੀ ਜ਼ਿੰਮੇਵਾਰੀ ਲਓਗੇ? ਮੈਂ ਅਕਸਰ ਕਹਿੰਦਾ ਉਹਨਾਂ ਕੇ ਸਹੁੰ ਖਾਈਏ ਜੀ ਦੀ, ਪੁੱਤ ਦੀ ਨਾ ਧੀ ਦੀ, ਕਿਹਦੀ ਗਰੰਟੀ ਤੁਸੀਂ ਲੈ ਸਕਦੇ ਹੋ? ਪਰ ਕਰਦਾ ਕੋਈ ਹੈ ਅਤੇ ਨਾ MLA ਧੋਣ ਦਾ ਜੁੜ ਗਿਆ। ਇਸੇ ਦੌਰਾਨ ਜਦੋਂ ਇਸ ਤਰ੍ਹਾਂ ਸਿਆਸਤਦਾਨ ਗਿੱਲ ਸਾਹਿਬ ਕਿਸੇ ਮਸਲੇ 'ਚ ਫਸ ਜਾਂਦੇ ਆ, ਕਈ ਵਾਰੀ ਧਿਆਨ ਡਿਵਰਟ ਕਰਦੇ ਆ। ਜਿਹੜੀ ਪਾਕਿਸਤਾਨ ਗੁਰਦੁਆਰਾ ਸ਼੍ਰੀ ਕਰਤਾਰ ਸਾਹਿਬ ਤੋਂ, ਕਰਤਾਰਪੁਰ ਸਾਹਿਬ ਤੋਂ ਵੀਡੀਓ ਆਈ ਹੈ, ਉਸ ਮਸਲੇ ਨੂੰ ਕਿੱਦਾਂ ਵੇਖਦੇ ਹੋ? ਮਰਿਆਦਾ ਦਾ ਮਸਲਾ ਉਹ ਕਿਸ ਤਰ੍ਹਾਂ ਬਣਾਇਆ ਗਿਆ? ਹਾਲਾਂਕਿ BJP ਅਧਾਰਿਤ ਖੇਮੇ ਵਾਲੇ ਲੋਕ ਸੀ, ਜਾਂ ਇਕਬਾਲ ਸਿੰਘ ਲਾਲਪੁਰਾ ਘੱਟ ਗਿਣਤੀ ਕਮਿਸ਼ਨ ਵਾਲਿਆਂ ਨੇ ਵੀ ਬੜੀ ਗੰਭੀਰਤਾ ਨਾਲ ਮੁੱਦਾ ਉਠਾਇਆ, ਕਿਵੇਂ ਵੇਖਦੇ ਹੋ ਕਿ ਜਿਹੜਾ ਕਰਤਾਰਪੁਰ ਸਾਹਿਬ ਦੀ ਘਟਨਾ ਹੈ ਕੀ ਅਸਲ 'ਚ? ਮੋਸਟ ਅਨਫਾਰਚੁਨੇਟ ਆ ਜਿਸ ਤਰ੍ਹਾਂ ਉਹ ਮਾਮਲਾ ਪ੍ਰੋਜੈਕਟ ਕੀਤਾ ਗਿਆ। ਜਿਹੜੀ ਜਗ੍ਹਾ ਹੈਗੀ ਜਿੱਥੇ ਪਾਰਟੀ ਹੋਈ ਆ ਜਾਂ ਜਿੱਥੇ ਭੋਜਨ ਹੋਇਆ, ਉਹ 1.5 ਕਿਲੋਮੀਟਰ ਦੂਰ ਆ ਕਰਤਾਰਪੁਰ ਸਾਹਿਬ ਤੋਂ, ਗੁਰੂ ਘਰ ਤੋਂ। ਗੁਰੂ ਘਰ ਤੋਂ ਜਿਹੜਾ ਉੱਥੋਂ ਦਾ ਕੋਰੀਡੋਰ ਆ ਸਾਰਾ, ਕੀ ਆਪਾਂ ਉੱਥੋਂ ਦੇ ਆਲੇ ਦੁਆਲੇ ਇਲਾਕੇ ਦੇ ਵੀ ਰਾਈਟਸ ਲੈ ਰਹੇ ਹੋਏ ਆ? ਐ ਤਾਂ ਫਿਰ ਆਪਣੇ ਜਿਹੜੇ ਗੁਰਦੁਆਰੇ ਇੱਥੇ ਸਾਰੇ ਥਾਂ ਹੈਗੇ, ਉਹਦੇ ਨਾਲ ਰੈਜੀਡੈਂਸ਼ੀਅਲ ਸਾਡੇ ਆਪ ਦੇ ਨਾਲ ਗੁਰਦੁਆਰਾ, ਪ੍ਰਾਈਵੇਟ ਰਿਹਾਇਸ਼, ਦੋ ਕਦਮਾਂ ਤੇ ਮੇਰੇ ਗੁਰਦੁਆਰਾ ਸਾਹਿਬ, ਤਾਂ ਮਤਲਬ ਅਸੀਂ ਉਹਨਾਂ ਤੋਂ ਪੁੱਛ ਕੇ ਖਾਣਾ ਪੀਣਾ ਵੀ ਅਸੀਂ ਕੀ ਖਾਣਾ ਕੀ ਪੀਣਾ। ਸ਼ਰਾਬ ਜਿਹੜੀ ਹੈਗੀ ਪੰਜਾਬ ਪਾਕਿਸਤਾਨ ਪੰਜਾਬ 'ਚ ਬੈਂਡ ਆ ਬਿਲਕੁਲ, ਤੇ ਜਿਸ ਤਰ੍ਹਾਂ ਇਹਨੂੰ ਪ੍ਰਚਾਰਿਆ ਗਿਆ, ਸਾਰੇ ਨਿਊਜ਼ ਪੇਪਰਸ ਨੇ ਇਹਨੂੰ ਇੱਕ ਹੈਡਲਾਈਨ ਬਣਾਇਆ ਹੈਗਾ ਵੀ ਬਹੁਤ ਵੱਡੀ ਮਰਿਆਦਾ ਦੀ ਉਲੰਘਣਾ। ਉਹ ਤਾਂ ਜ਼ਿਆਦਾ ਇਹੀ ਪੇਸ਼ ਹੋਇਆ ਕਿ ਗੁਰੂ ਘਰ 'ਚ ਹੋ ਗਿਆ, ਪ੍ਰਬੰਧਕ ਵਿੱਚ ਨੇ, ਗ੍ਰੰਥੀ ਵੀ ਉੱਥੇ ਦਿਖਾਏ ਗਏ ਨੇ, ਹਾਲਾਂਕਿ ਉਹ ਪਹਿਲਾਂ ਆਏ ਨੇ ਜਾਂ ਉਹ ਪਿੱਛੋਂ। ਆਪਣੀ ਪਾਰਟੀ 'ਚ ਉਹ ਜਾ ਸਕਦੇ ਆ ਜਿੱਥੇ ਮਰਜ਼ੀ ਬਾਹਰ ਜਾਣ ਉਹ, ਇਹ ਤਾਂ ਉਹਨਾਂ ਦਾ ਆਪਣੀ ਪਰਸਨਲ ਚੋਇਸਿਸ ਨੇ ਨਾ। ਹੁਣ ਤੁਸੀਂ ਕਹੋ ਵੀ ਤੁਹਾਡੀ SGPC ਦਾ SGPC ਸਪੈਸ਼ਲ ਪ੍ਰੈਸ ਕਾਨਫਰੰਸ ਕਰ ਰਹੀ ਹੈ ਇਸ ਮੁੱਦੇ ਤੇ, ਅੱਜ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੋਈ ਆ, ਉਹਨਾਂ ਨੇ ਇਸ ਨੂੰ ਇੱਕ ਅਹਿਮ ਮੁੱਦਾ ਵਜੋਂ ਉਭਾਰਿਆ ਹੈਗਾ, ਤੇ ਬਾਕੀ ਕਹਿ ਰਹੇ ਵੀ ਸਾਡੇ ਤੇ ਇਲਜ਼ਾਮ ਲੱਗ ਰਹੇ, ਤੇ ਇਲਜ਼ਾਮ ਲੱਗਣਗੇ ਕਿਉਂ ਨਹੀਂ? ਧਿਆਨ ਡਿਵਰਟ ਹੋ ਜਾਂਦਾ। ਜਦੋਂ ਤੁਸੀਂ ਇਸ ਤਰ੍ਹਾਂ ਦੀ ਚੀਜ਼ ਤੇ ਕੋਈ ਬੋਲਣਾ ਹੈਗਾ, ਤੁਸੀਂ ਪੁਖਤਾ ਜਾਣਕਾਰੀ ਲਓ, ਇੱਕ ਫੋਨ ਕਾਲ ਅਵੇ ਆ ਨਾ ਵੀ ਉਹ ਜਗ੍ਹਾ ਹੈ ਕਿੱਥੇ ਆ। ਮੈਂ ਕਹਿੰਦਾ 1.5 ਕਿਲੋਮੀਟਰ ਤੇ ਹੋਵੇ, ਚਾਹੇ ਨਾਲ ਹੋਵੇ ਬਿਲਕੁਲ। ਹੁਣ ਨਾਲ ਪਲਾਟ ਉੱਥੇ ਲੋਕੀ ਤਾਂ ਰਹਿੰਦੇ ਆ ਨਾ, ਉੱਥੇ ਜਿਹੜਾ ਸੁਨਸਾਨ ਆ। ਪਰ ਗੱਲ ਤਾਂ ਦੇਖੋ ਗਿੱਲ ਸਾਹਿਬ, ਜਦੋਂ ਦਾ ਕੋਰੀਡੋਰ ਸ਼ੁਰੂ ਹੋਇਆ, ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਇਹ 'ਚ ਘਸੀਟਿਆ ਗਿਆ, ਉਹ ਜੱਫੀ ਪੱਪੀ ਜੀ ਫਲਾਂ ਜੀ ਢਮਕਾਂ ਜੀ, ਉਸ ਤੋਂ ਬਾਅਦ ਕਿੰਨਾ ਡਿੱਕਾ। ਫਿਰ ਜਦੋਂ ਉਹਨਾਂ ਨੇ ਖੋਲ੍ਹ ਦਿੱਤਾ, ਫਿਰ ਇੱਧਰੋਂ ਫਟਾਫਟ ਮੋਦੀ ਸਾਹਿਬ ਐਲਾਨ ਕਰ ਦਿੰਦੇ ਆ ਕੋਰੀਡੋਰ ਦਾ, ਵਾਹੋਦਾਹੀ। ਜਿਸ ਤਰ੍ਹਾਂ ਲੋਕ ਰੰਗ ਬਦਲ ਰਹੇ ਨੇ, ਸੁਭਾਅ ਬਦਲ ਰਹੇ ਨੇ, ਬੜੇ ਅਜੀਬ ਜ਼ਿੰਦਗੀ ਦੇ ਰੰਗ ਹੋ ਗਏ। ਗਿੱਲ ਸਾਹਿਬ, ਬਟਾਲਾ ਦੇ ਨੇੜੇ ਰੰਗੜ ਨੰਗਲ ਥਾਣੇ ਦੀ ਆਉਂਦਾ ਪਿੰਡ ਸਦਾ ਰੰਗ ਹੈ, ਉੱਥੇ ਸੋਮਵਾਰ ਨੂੰ ਸਵੇਰੇ 8:30 ਵਜੇ ਦੇ ਕਰੀਬ ਇੱਕ 12 ਕੁ ਵਰ੍ਹਿਆਂ ਦਾ ਬੱਚਾ, ਜਿਸਨੇ ਗੋਲ ਪਟ ਦਸਤਾਰ ਬੰਨ੍ਹੀ ਹੋਈ ਹੈ ਦੁਮਾਲੇ ਰੂਪੀ,
ਅਤੇ ਉਹ ਆਉਂਦਾ ਪ੍ਰਸ਼ਾਦ ਦੀ ਬੇਅਦਬੀ ਕਰਦਾ, ਦੇਖ ਰਿਹਾ ਵੀਡੀਓ 'ਚ ਸ਼ਾਇਦ ਪ੍ਰਸ਼ਾਦ ਵਗੈਰਾ 'ਤੇ ਥੁੱਕਦਾ। ਉਸ ਤੋਂ ਬਾਅਦ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਅੰਗ ਫਾੜ ਦਿੰਦਾ ਅਤੇ ਉੱਥੋਂ ਨਿਕਲ ਜਾਂਦਾ ਹੈ। ਇਹ ਗੱਲ ਬੜੀ ਹੈਰਾਨੀਜਨਕ ਹੈ ਕਿ ਚੰਗਾ ਭਲਾ ਬੱਚਾ ਹੈ, ਹਾਲੇ ਪਤਾ ਨਹੀਂ ਲੱਗਿਆ ਕਿ ਉਹਦਾ ਮੈਂਟਲ ਪ੍ਰੋਬਲਮ ਹੈ ਜਾਂ ਕੀ ਹੈ। ਇਹ 12 ਵਰਿਆਂ ਦਾ ਬੱਚਾ ਬੇਅਦਬੀ ਕਰਕੇ ਚਲਿਆ ਜਾਂਦਾ। ਹੁਣ ਇਹ ਬੱਚੇ ਨੂੰ ਇਹ ਵੀ ਜ਼ਰੂਰ ਪਤਾ ਹੋਏਗਾ, ਜੇ ਉਹ ਸਿਰਫ ਸ਼ਾਤਰਤਾ ਦੇ ਲਈ ਚੋਰੀ ਕਰਨ ਆਇਆ ਸੀ ਤਾਂ ਉਹਨੂੰ ਇਹ ਤਾਂ ਮਹਿਸੂਸ ਹੁੰਦਾ ਕਿ CCTV ਕੈਮਰੇ ਹਰ ਜਗ੍ਹਾ ਲੱਗੇ ਨੇ, ਕਿਉਂਕਿ ਇਸ ਦਾ ਕੋਈ ਆਕਾ ਵੀ ਹੋਏਗਾ ਪਿੱਛੇ। ਜੇ ਆਕੇ ਨੇ ਜਾਣਬੁੱਝ ਕੇ ਕਰਾਇਆ ਤਾਂ ਇਹ ਗੱਲ ਸਪੱਸ਼ਟ ਹੈ ਕਿ ਉਹ ਪਹਿਲਾਂ ਕੈਮਰਿਆਂ ਤੋਂ ਬਚਾਅ ਕਰੇਗਾ ਕਿ ਮੈਂ ਕੈਮਰਿਆਂ ਦੇ ਵਿੱਚ ਨਾ ਆਵਾਂ, ਉਹਦੀ ਕੋਸ਼ਿਸ਼ ਰਹੇਗੀ, ਮੂੰਹ ਢੱਕਿਆ ਹੋਏਗਾ। ਪਰ ਇਹ ਬੱਚਾ ਆਉਂਦਾ ਹੈ, ਸ਼ਰੇਆਮ ਜਿਹੜਾ ਹੈਗਾ ਪ੍ਰਸ਼ਾਦ ਦੀ ਬੇਅਦਬੀ ਕਰਦਾ ਹੈ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਰੁਮਾਲਾ ਚੁੱਕਦਾ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਦੇ ਨਾਲ ਛੇੜਛਾੜ ਕਰਦਾ ਹੈ। 12 ਵਰਿਆਂ ਦਾ ਬੱਚਾ, ਹੋ ਕੀ ਰਿਹਾ ਗੱਲ ਸਾਹਿਬ, ਸਮਝੋ ਪਾ ਰਿਹਾ ਕਿ ਮਾਨਸਿਕ ਲੈਵਲ ਹੈ ਜਾਂ ਸ਼ਰਾਰਤ ਹੈ ਜਾਂ ਕਿਤੇ ਨਾ ਕਿਤੇ ਲੋਕਾਂ 'ਚ ਈਰਖਾ ਹੀ ਇੰਨੀ ਵੱਧ ਗਈ ਹੈ ਕਿ ਸਮਝੋ ਪਾ ਰਿਹਾ ਇੱਕ ਗੁੱਸੇ ਦਾ ਜਾਂ ਈਰਖਾ ਦਾ ਵੀ ਕਾਰਨ ਹੈ। ਆਹ ਬੰਗਾਲ ਦੀਆਂ ਖਬਰਾਂ ਨੇ, ਤੁਸੀਂ ਵੇਖੋ, ਮੈਂ ਵੇਖਿਆ ਗੱਲ ਸਾਹਿਬ, ਬੰਗਾਲ 'ਚ ਔਰਤਾਂ ਨੂੰ ਬਹੁਤ ਆਜ਼ਾਦੀ ਹੈ, ਬਹੁਤ ਹੱਦ ਤੱਕ ਆਜ਼ਾਦੀ ਹੈ। ਉੱਥੇ ਔਰਤ ਅੱਜ ਵੀ ਸਾਈਕਲ ਦੇ ਮੂਹਰੇ ਡੰਡੇ 'ਤੇ ਬੈਠ ਕੇ ਜਾਂਦੀ ਹੈ, ਕੈਰੀਅਰ ਦੇ ਪਿੱਛੇ ਨਹੀਂ ਬਹਿੰਦੀ ਪਤੀ ਨਾਲ। ਪਰ ਉੱਥੇ ਮਤਲਬ ਇੱਕ ਇਲੀਗਲ ਰਿਲੇਸ਼ਨ ਦਾ ਕੋਈ ਮਸਲਾ ਸੀ, ਇੱਕ ਵਿਅਕਤੀ ਨੇ ਆਪਣੀ ਪਤਨੀ 'ਤੇ ਸ਼ੱਕ ਦੇ ਚੱਲਦਿਆਂ ਸਾਰਾ ਪਰਿਵਾਰ ਮਾਰ ਦਿੱਤਾ। ਸੁਸਾਈਡ, ਡਿਪਰੈਸ਼ਨ, ਮਾਰਕੁੱਟ, ਲਾ ਐਂਡ ਆਰਡਰ ਵਿਗੜ ਰਹੇ ਆ। ਆਹ ਲੁਧਿਆਣੇ 'ਚ ਵੇਖ ਲਓ, ਸ਼ਹੀਦ ਸੁਖਦੇਵ ਥਾਪਰ ਦੇ ਭਤੀਜਾ ਸੀ ਜਿਹੜੇ ਉਹਨਾਂ ਦੇ ਗਾਂਧੀਆਂ ਰਿਸ਼ਤੇਦਾਰੀ 'ਚੋਂ ਸਕਿਆਂ 'ਚੋਂ, ਉਸ ਤੋਂ 4 ਲੱਖ ਰੁਪਈਆ ਦਿਵਾਲੀ ਵਾਲੇ ਦਿਨ ਖੋਹ ਲਿਆ। ਸੋ ਮਾਨਸਿਕ ਲੈਵਲ ਦੀ ਪ੍ਰੋਬਲਮ ਹੈ, ਲਾਅ ਐਂਡ ਆਰਡਰ ਵਿਗੜ ਰਿਹਾ, ਹਾਲਾਤ ਕੀ ਨੇ ਜਿਹੜੇ ਸਦਾ ਰੰਗ 'ਚ ਇੱਕ 12 ਵਰਿਆਂ ਦਾ ਬੱਚਾ ਬੇਅਦਬੀ ਕਰ ਗਿਆ, ਐਡਾ ਮਤਲਬ ਪਾਪ ਕਮਾ ਗਿਆ, ਕਾਰਨ ਕੀ ਸਮਝਦੇ ਹੋ? ਇਹ ਕਾਰਨ ਹੈਗਾ, ਨਾ ਮੁਝ ਮੇਂ ਕਹਿਨੇ ਕੀ ਤਾਕਤ ਹੈ, ਕਹੂੰ ਤੋ ਕਿਆ ਅਹਿਵਾਲ, ਨਾ ਉਸਕੋ ਸੁਣਨੇ ਕੀ ਫੁਰਸਤ ਹੈ, ਕਹੂੰ ਤੇ ਕਿਸੇ ਕਹੂੰ, ਬਲਕਿ ਇੱਥੇ ਕਿਹਨੂੰ ਕੀ ਕਹੋਗੇ। ਇਹ ਜਿਹੜੇ ਆਹ ਬਵਾਲ ਆ, ਇੱਕ ਤਾਂ ਜਿਹੜੇ ਕਹਿੰਦੇ ਕਿ ਮੈਂਟਲੀ ਰਿਟਾਰਡਡ ਲੋਕੀ ਨੇ, ਉਹਨਾਂ ਨੂੰ ਗੁਰਦੁਆਰਾ ਸਾਹਿਬ ਹੀ ਕਿਉਂ ਦੇਖਦੇ? 12 ਸਾਲ ਦਾ ਬੱਚਾ ਪੂਰਾ ਸੁਰਤ ਸੰਭਾਲੀ ਹੁੰਦੀ, ਬਿਲਕੁਲ ਇਹ ਕਹਿ ਨਹੀਂ ਸਕਦੇ ਕਿ ਉਹਨੂੰ ਉਹਨੂੰ ਕੋਈ ਗਾਈਡ ਤਾਂ ਚਲੋ ਕਰ ਸਕਦਾ ਹੈਗਾ, ਪਰ ਇਹ ਨਹੀਂ ਕਿ ਉਹਨੂੰ ਸਮਝ ਨਾ ਆਵੇ। ਉਦੋਂ ਤੱਕ ਤੁਸੀਂ ਅਟੇਨ ਕਰ ਜਾਂਦੇ ਆ ਏਜ ਆਫ ਰੀਜ਼ਨਿੰਗ। ਇਸ ਕਰਕੇ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਕਿ ਕੋਈ ਪਲੈਨਡ ਤਰੀਕੇ ਨਾਲ ਕਿਸੇ ਤਰ੍ਹਾਂ ਸਿੱਖ ਕੌਮ ਦੇ ਨਾਲ ਜਾਂ ਸਿੱਖਾਂ ਦੇ ਪਵਿੱਤਰ ਜਿਹੜੇ ਗੁਰੂ ਗ੍ਰੰਥ ਸਾਹਿਬ ਹੈਗਾ ਉਹਦੇ ਪ੍ਰਤੀ ਕੋਈ ਨਿਰਾਦਰ ਦੀ ਕੋਈ ਲੜੀਵਾਰ ਇਹ ਕਥਾ ਚੱਲ ਰਹੀ ਹੈ, ਕਿਉਂਕਿ ਆਪਾਂ ਜਿੰਨੇ ਦੇਖਦੇ ਹਾਂ ਜਿੰਨੇ ਇੰਸੀਡੈਂਟ 'ਚ ਇਹੀ ਹੁੰਦਾ ਕਿ ਬੰਦੇ ਦਾ ਜਿਹੜਾ ਦਿਮਾਗੀ ਸੰਤੁਲਨ ਠੀਕ ਨਹੀਂ ਸੀਗਾ। ਇਹ ਕਿਉਂ ਅਸਿਊਮ ਕੀਤਾ ਜਾਂਦਾ? ਕਿਸੇ ਬੋਰਡ ਨੇ ਉਹਨੂੰ ਚੈੱਕ ਕੀਤਾ ਹੈਗਾ, ਕਿਤੇ ਸਾਈਕੈਟ੍ਰਿਕ ਬੋਰਡ ਅੱਗੇ ਲੈ ਕੇ ਆਪਣਾ ਜਦੋਂ ਮਰਿੰਡੇ ਮੈਡੀਕਲ ਰਿਕਾਰਡ ਹੋਵੇ ਹੋਇਆ ਹੈ ਨਾ, ਉਸ ਤੋਂ ਬਾਅਦ ਉਹ ਜੇਲ੍ਹ 'ਚ ਉਹਦੀ ਡੈਥ ਹੋ ਗਈ ਬੰਦੇ ਦੀ, ਕਸਟਡੀ ਆਫ ਦਾ ਪੁਲਿਸ, ਕੀ ਉਹਦੀ ਇਨਵੈਸਟੀਗੇਸ਼ਨ ਹੋਈ ਕੋਈ? ਇਸੇ ਤਰ੍ਹਾਂ ਦਰਬਾਰ ਸਾਹਿਬ ਵਿੱਚ ਲਿੰਚਿੰਗ ਹੋਈ, ਉਹਦਾ SGPC ਕੀ ਜਵਾਬ ਦੇਊਗੀ? SGPC ਦਾ ਪ੍ਰੈਜੀਡੈਂਟ ਬੀਂਗ ਐਡਵੋਕੇਟ ਕੀ ਜਵਾਬ ਦੇਣਗੇ? ਵੀ ਹੈਜ਼ ਦੇ ਬੀਨ ਗਿਵਨ ਗੋਡਸ ਰਾਈਟ ਟੂ ਲਿੰਚ ਐਨੀਬਾਡੀ? ਫਿਰ ਉਹ ਕਹਿੰਦੇ ਸਾਡੇ 'ਤੇ ਸਵਾਲ ਉੱਠਦੇ ਨੇ। ਮੈਨੂੰ ਆਪ ਤਾਂ ਹਮੇਸ਼ਾ ਮੈਨੂੰ ਕਿਹਾ ਯਾਰ ਸਾਡੇ 'ਤੇ ਸਵਾਲ ਉੱਠਦੇ ਨੇ ਵੀ ਤੁਸੀਂ ਸਵਾਲ ਉਠਾਉਣੇ ਆ। ਮੈਂ ਕਿਹਾ ਮੈਂ ਕੀ ਸਵਾਲ ਉਠਾਉਣਾ ਤੁਹਾਡੇ 'ਤੇ? ਮੈਂ ਤਾਂ ਇਹ ਜਵਾਬ ਚਾਹੁੰਦਾ ਤੇ ਤੁਸੀਂ ਜਵਾਬ ਤਾਂ ਦੇਣੇ ਬਣਦੇ ਆ ਨਾ, ਵੀ ਤੁਸੀਂ ਦਰਬਾਰ ਸਾਹਿਬ ਵਿੱਚ ਲਿੰਚ ਕਰਤਾ ਬੰਦਾ ਯਾਰ, ਮਤਲਬ ਕਿ ਉਹਦੀ ਆਇਡੈਂਟੀ ਅੱਜ ਤੱਕ ਨਹੀਂ ਪਤਾ ਲੱਗ ਸਕੀ। ਹਾਂ, ਉਹਦੀ ਕੋਈ ਜਾਂਚ ਹੁੰਦੀ ਵੀ ਉਹਦੇ ਪਿੱਛੇ ਕੌਣ ਹੈ, ਉਹਨੂੰ ਮਤਲਬ ਕੀਤਾ ਜਾ ਸਕਦਾ? ਜਾਂਚ ਵਿੱਚ ਸ਼ਾਮਲ ਹੁੰਦੀ ਹੈ SGPC, ਪੁਲਿਸ ਦੀ ਜਾਂਚ ਵਿੱਚ SGPC ਆਪਣੀ ਪ੍ਰੈਜੈਂਸ ਰੱਖਦੀ, ਮਤਲਬ ਕਿ ਦੇਖ ਦੇ ਕੈਨ ਡਿਮਾਂਡ ਇਟ ਕਿ ਸਾਨੂੰ ਅਸੀਂ ਵੀ ਸ਼ੁੱਡ ਬੀ ਪ੍ਰੈਜੈਂਟ ਡਿਊਰਿੰਗ ਹਿਜ਼ ਇੰਟਰੋਗੇਸ਼ਨ। ਉਹ ਪੁੱਛ ਕਿਸ ਤਾਂ ਹੁੰਦੀ ਨਾ, ਪਤਾ ਤਾਂ ਲੱਗਦਾ ਨਾ ਪਿੱਛੇ ਪਲੈਨ ਕੀ ਹੈਗਾ। ਬਿਲਕੁਲ, ਉਦੋਂ ਤੋਂ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਇੰਸੀਡੈਂਟਸ ਹੋ ਰਹੇ ਹੈਗੇ ਆ ਜੀ, ਤੇ ਸਾਰੇ ਇੰਸੀਡੈਂਟਸ ਦੇ ਪਿੱਛੇ ਇਹੀ ਆ ਰਿਹਾ ਹੈਗਾ ਕਿ ਬੰਦੇ ਦੀ ਦਿਮਾਗੀ ਜਿਹੜਾ ਸੰਤੁਲਨ ਆ ਉਹ ਵਿਗੜਿਆ ਹੋਇਆ। ਇਹੀ ਹੈ ਨਾ, ਕਹੂੰ ਤਾਂ ਕਿਸੇ ਕਹੂੰ, ਬਿਲਕੁਲ ਇਹ ਚੀਜ਼ ਦਾ ਕੋਈ ਆਪਣੇ ਕੋਲ ਨਾ ਤਾਂ ਜਵਾਬ ਆ, ਨਾ ਜਿਹਨਾਂ ਕੋਲ ਆਪਾਂ ਜਵਾਬ ਚਾਹੁੰਦੇ ਹਾਂ ਉਹਨਾਂ ਕੋਲ ਸਾਡੇ ਲਈ ਕੋਈ ਜਵਾਬ ਹੈਗਾ।
ਬਿਲਕੁਲ ਤੇ ਸਵਾਲ ਜਵਾਬ ਲਈ ਪਾਰਲੀਮੈਂਟ ਜਾਂ ਵਿਧਾਨ ਸਭਾਵਾਂ ਹੁੰਦੀਆਂ ਨੇ। ਸੋ ਪਿਛਲੇ ਦਿਨੀ ਪਾਰਲੀਮੈਂਟ ਦਾ ਸੈਸ਼ਨ ਅਧਵਾਟੇ ਉਠਾਉਣਾ ਪੈ ਗਿਆ, ਪੰਜਾਬ ਸਰਕਾਰ ਨੂੰ ਜਿੱਤ ਮਿਲੀ ਹੈ, ਸੁਪਰੀਮ ਕੋਰਟ 'ਚੋਂ ਗਵਰਨਰ ਸਾਹਿਬ ਦੀ ਕਲਾਸ ਲੱਗੀ ਹੈ। ਇਸ ਸਿਲਸਿਲੇ ਵਿੱਚ ਪੰਜਾਬ ਗਵਰਨਮੈਂਟ ਨੇ 28 ਅਤੇ 29 ਸਤੰਬਰ ਨਵੰਬਰ ਨੂੰ ਸੈਸ਼ਨ ਵਿਧਾਨ ਸਭਾ ਦਾ 2 ਦਿਨਾਂ ਸੱਦ ਲਿਆ। ਗਿੱਲ ਸਾਹਿਬ ਹੁਣ ਦੂਰ ਕਰਨਗੇ ਜਿਹੜੀ ਪਹਿਲਾਂ ਕਸਰ ਰਹਿ ਗਈ ਸੀ, ਕੀ ਹੋਏਗਾ ਸੈਸ਼ਨ ਦੇ ਵਿੱਚ? ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਕੋਰਟ 'ਚ ਗਏ ਨੇ ਕਿ ਸਾਨੂੰ ਦਿਖਾਉਂਦੇ ਨਹੀਂ, ਕਵਰੇਜ ਨਹੀਂ ਸਾਨੂੰ ਮਿਲ ਰਹੀ, ਸਿਰਫ ਸੱਤਾਧਾਰੀਆਂ ਦੇ ਕੈਮਰੇ ਨੇ। ਨਹੀਂ, ਉਹਨਾਂ ਦਾ ਕੰਸਰਨ ਬੜਾ ਜਾਇਜ਼ ਆ। ਹਾਂ ਬਿਲਕੁਲ, ਪੱਖਪਾਤ ਤਾਂ ਹੈਗਾ ਜਦੋਂ ਲਾਈਵ ਟੈਲੀਕਾਸਟ ਚੱਲਦੀ, ਕਿਉਂਕਿ ਆਪਾਂ ਵੀ ਦੇਖਦੇ ਹਾਂ, ਬਿਲਕੁਲ ਉਸ ਚੀਜ਼ ਦੀ ਉਤਸੁਕਤਾ ਹੁੰਦੀ ਆ ਵੀ ਦੇਖੋ ਕੀ ਹੋ ਰਿਹਾ ਹੈ। ਵੀ ਪਹਿਲਾ ਦਿਨ ਤਾਂ ਵਾਸ਼ ਆਊਟ ਹੋ ਜਾਣਾ ਹੈਗਾ ਸਿੰਪਥੀਸ ਦੇ ਵਿੱਚ, ਕਿਸੇ ਨਾ ਕਿਸੇ ਟੋਪਚਰੀ ਪੜ੍ਹਨ ਕੇ ਕਰਕੇ ਸ਼ਰਧਾਂਜਲੀ। ਕੀ ਪੰਜਾਬ ਦੇ ਇਸ਼ੂਸ ਇੰਨੇ ਸੁੰਗੜ ਗਏ ਕਿ ਉਹ ਇੱਕ ਦਿਨ ਵਿੱਚ ਇਸ਼ੂਸ ਡਿਸਕਸ ਹੋ ਜਾਣਗੇ? ਕਿਉਂਕਿ ਸਾਰੇ ਮਤਲਬ ਕਿ ਸਾਰੇ ਸਾਲ ਵਿੱਚ ਜੀ ਮੇਰਾ ਘਰ ਹਾਰਡਲੀ 10 ਦਿਨ ਵੀ ਵਿਧਾਨ ਸਭਾ ਨਹੀਂ ਲੱਗੀ, ਉਹ ਵੀ ਰੌਲੇ ਰੱਪੇ ਦੀ ਬੈਂਡ ਚੜ੍ਹ ਜਾਂਦੀ ਹੈ। ਹਾਂ, ਉਹ ਚੜ੍ਹ ਜਾਂਦੀ, ਜਦਕਿ ਮੈਂਡੇਟੋਰੀ ਹੈਗਾ ਕਿ ਜਦੋਂ ਇਹੀ ਸੰਧਵਾਂ ਜੋ ਸਪੀਕਰ ਨੇ ਹੁਣ ਵਿਧਾਨ ਸਭਾ ਦੇ ਜੀ, ਇਹੀ ਜਿਹੜੇ ਸਰ ਹਰਪਾਲ ਸਿੰਘ ਚੀਮਾ ਫਾਈਨੈਂਸ ਮਿਨਿਸਟਰ ਨੇ ਇਹੀ ਮੰਗ ਕਰਦੇ ਸੀ ਜਦੋਂ ਇਹ ਆਪੋਜੀਸ਼ਨ 'ਚ ਸੀਗੇ, ਵਿਧਾਨ ਸਭਾ ਦੇ ਸੈਸ਼ਨ ਲੰਮੇ ਲੰਮੇ ਕੀਤੇ ਜਾਣ। ਤੇ ਹੁਣ ਦੇਖੋ ਆਪ ਹਕੂਮਤ ਬਣੇ ਨੇ, ਹੁਣ ਇਹਨਾਂ ਨੇ ਦੂਸਰੀਆਂ ਸਰਕਾਰਾਂ ਨੂੰ ਵੀ ਮਾਤ ਪਾਤੀ। ਬਿਲਕੁਲ, ਇੱਦੂ ਲੰਮੇ ਦਾ ਕੈਪਟਨ ਸਾਹਿਬ ਨਾਲ ਵੇਲੇ ਜਦੋਂ ਕਾਂਗਰਸ ਦੀ ਗਵਰਨਮੈਂਟ ਸੀਗੀ ਉਦੋਂ ਸੈਸ਼ਨ ਘੱਟੋ ਘੱਟ ਸੈਸ਼ਨ ਹੁੰਦੇ ਤਾਂ ਸੀਗੇ, ਵੀ ਹੁਣ ਕੋਈ ਸੈਸ਼ਨ ਇਹ ਬਜਟ ਸੈਸ਼ਨ ਆ, ਇਹ ਜੀ ਮੌਨਸੂਨ ਸੈਸ਼ਨ ਹੈਗਾ, ਇਹ ਵਿੰਟਰ ਸੈਸ਼ਨ ਜੀ, ਇੱਥੇ ਮੌਨਸੂਨ ਸੈਸ਼ਨ ਤਾਂ ਹੋਇਆ ਹੀ ਨੀਗਾ, ਬਜਟ ਸੈਸ਼ਨ ਹੁਣ ਆ ਕੇ ਖਤਮ ਹੋਇਆ। ਪੰਜਾਬ ਸਰਕਾਰ ਦਾ ਗ੍ਰਾਫ ਲਗਾਤਾਰ ਥੱਲੇ ਜਾ ਰਿਹਾ, ਉਹ ਕਹਿੰਦੇ ਅਸੀਂ 13 ਨਹੀਂ 14 ਸੀਟਾਂ ਚੰਡੀਗੜ੍ਹ ਵਾਲੇ ਵੀ ਜਿੱਤ ਰਹੇ ਹਾਂ, ਕੇਜਰੀਵਾਲ ਸਾਹਿਬ ਕਰੋੜਾਂ ਰੁਪਏ ਦੇ ਪ੍ਰੋਜੈਕਟ ਲਾਂਚ ਕਰਕੇ, ਸਥਿਤੀ ਕੀ ਹੈ ਗਵਰਨਮੈਂਟ ਦੀ, ਲਾਅ ਐਂਡ ਆਰਡਰ ਬੁਰੀ ਤਰ੍ਹਾਂ? ਉਹ ਤਾਂ ਇਹ ਵੀ ਕਹਿੰਦੇ ਆ ਕਿ ਸਾਡਾ ਸੁਪਰੀਮੋ ਜਿਹੜਾ ਨੈਕਸਟ ਪ੍ਰਾਈਮ ਮਿਨਿਸਟਰ ਇੰਡੀਆ ਚੌਰਸੀ ਰੇਟ ਦੇ, ਪਹਿਲੇ ਪਹਿਲੇ ਤਾਂ ਦਿੱਲੀ ਤੋਂ ਹੀ ਆਪਣੀ ਇੱਕ ਮੈਂਬਰ ਪਾਰਲੀਮੈਂਟ ਦੀ ਸੀਟ ਜਿੱਤ ਕੇ ਤਾਂ ਦੇਖ ਲੈਣ, ਮਤਲਬ ਕਿ ਦੇ ਲਿਵ ਇਨ ਏ ਫੂਲਸ ਵਰਲਡ, ਤੇ ਲੋਕਾਂ ਨੂੰ ਵੀ ਫੂਲਸ ਵਰਲਡ ਦੇ ਸਿਨੈਰੀਓ ਦਿਖਾ ਰਹੇ ਹਨ। ਹੁਣ ਹੋਇਆ ਨੀ ਗਾ ਸੰਗਰੂਰ ਵਿੱਚ ਕੀ ਹੋਇਆ, ਇਹਨਾਂ ਆਫਟਰ 3 ਮੰਥਸ ਹੀ ਹੋਇਆ ਸੀਗਾ, ਇਹਨਾਂ ਨੂੰ ਜਲੰਧਰ ਇਹਨਾਂ ਨੂੰ ਆਪਣਾ ਕੋਈ ਕੈਂਡੀਡੇਟ ਨਹੀਂ ਲੱਭਿਆ, ਦੇ ਹੈਵ ਟੂ ਬੋਰੋ ਦਾ ਕੈਂਡੀਡੇਟ ਫਰੋਮ ਦਾ ਕਾਂਗਰਸ ਇੱਕ ਪਾਸੇ। ਤੁਸੀਂ ਵੇਖੋ ਜਦੋਂ ਮਾਨ ਸਾਹਿਬ ਪਹੁੰਚੇ ਨੇ, ਸਕੱਤਰੇਤ ਦੇ ਮੁਲਾਜ਼ਮ ਖਿੜਕੀਆਂ 'ਚੋਂ ਤਾੜੀਆਂ ਵਜਾ ਰਹੇ ਸੀ, ਪਰ ਹੁਣ ਸਕੱਤਰਤ ਦੇ ਮੁਲਾਜ਼ਮ ਮਨਿਸਟਰੀਅਲ ਸਟਾਫ ਹੈ ਜਿਹੜਾ, ਉਹ ਸਟ੍ਰਾਈਕ ਕਰੀ ਬੈਠਾ, ਨਾ ਰਜਿਸਟਰੀਆਂ ਹੋ ਰਹੀਆਂ ਨੇ, ਰੈਵਨਿਊ ਦਾ ਕੋਈ ਪੈਸਾ ਨਹੀਂ ਆ ਰਿਹਾ, ਹਰ ਪਾਸੇ ਸਰਕਾਰਾਂ ਪਟਵਾਰੀਆਂ ਨੂੰ ਤਾਂ ਕਹਿੰਦੇ ਸੀ ਰਿਸ਼ਵਤ ਲੈਂਦੇ ਫੜੇ ਗਏ ਤਾਂ ਕਰਦੇ ਨੇ, ਜਿਹੜੇ ਮਨਿਸਟਰੀਅਲ ਸਟਾਫ ਨੇ ਆ ਕੱਲ੍ਹ ਸੰਗਰੂਰ 'ਚ ਕੀ ਹੋਇਆ, ਜਿਹੜਾ ਇਹ ਮੁਲਾਜ਼ਮਤ ਦੇ ਨਾਲ ਮੁਖਾਲਫਤ ਹੋ ਗਈ ਹੈ ਸਰਕਾਰ ਦੀ, ਕਿੱਦਾਂ ਵੇਖਦੇ ਹੋ ਗਿੱਲ ਸਾਹਿਬ ਕਿ ਪ੍ਰਸ਼ਾਸਨ ਦੇ ਨਾਲ ਸਹਿਚਾਰ ਨਹੀਂ ਹੈ? ਤੁਸੀਂ ਵੇਖੋ ਕਿ ਚੰਗੇ ਅਫਸਰ ਸੀ ਜਿਹੜੇ ਗੁਰਮੀਤ ਸਿੰਘ ਚੌਹਾਨ ਸੀ, ਉਹਦਾ ਜਬਰੀ ਤਬਾਦਲਾ ਜਾਂ ਹੋਰ ਕਈ ਗੱਲਾਂ ਹੋਈਆਂ, ਅਤੇ ਹੁਣ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਚੇਅਰਮੈਨ ਸਾਹਿਬ ਹੋਰਾਂ ਦੀ, ਕਹਿੰਦੇ ਸਾਨੂੰ ਸਲੂਟ ਮਾਰੋ, ਉਸ ਮਾਮਲੇ 'ਚ ਜਿਹੜਾ ਉਹ ਟ੍ਰੈਫਿਕ ਇੰਚਾਰਜ ਸੀ ਬਠਿੰਡਾ ਦਾ, ਉਹਦੀ ਬਦਲੀ ਕਰ ਦਿੱਤੀ, ਕਿ ਵੀ ਆਡੀਓ ਮੈਸੇਜ ਕਿਵੇਂ ਲੀਕ ਹੋ ਗਿਆ, ਚੇਅਰਮੈਨ ਸਾਹਿਬ ਸਲੂਟ ਮਾਰਨਾ ਮੰਗਦੇ ਆ ਕਿ ਸਾਨੂੰ ਚੌਕ ਛੱਡ ਕੇ ਪਹਿਲਾਂ ਸਾਨੂੰ ਲੰਘਾਇਆ ਜਾਵੇ, ਕਿੱਥੇ ਉਹ ਆਮ ਆਦਮੀ ਝਾੜੂ ਵਾਲੇ, ਅਤੇ ਕਿੱਥੇ ਹੁਣ ਕਹਿੰਦੇ ਸਾਨੂੰ ਪ੍ਰਿਓਰਟੀ ਦਿੱਤੀ ਜਾਵੇ। ਜੇ ਉਹ ਮੈਸੇਜ ਲੀਕ ਹੋ ਗਿਆ ਤਾਂ ਉਸ ਮਾਮਲੇ 'ਚ ਸੰਬੰਧਿਤ ਟ੍ਰੈਫਿਕ ਇੰਸਪੈਕਟਰ ਨੂੰ ਤਬਦੀਲ ਕਰ ਦਿੱਤਾ ਗਿਆ, ਪੁੱਛਿਆ ਗਿਆ ਤਾਂ ਕਹਿੰਦੇ ਜੀ ਰੂਟੀਨ ਮੈਟਰ ਹੈ, ਇਹਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਚੇਅਰਮੈਨਾਂ ਦੀ ਨਾਰਾਜ਼ਗੀ ਨਾਲ। ਜੀ ਗਿੱਲ ਸਾਹਿਬ, ਇੱਕ ਐਸੀ ਡੈਫੀਨੇਸ਼ਨ ਇਹਨਾਂ ਲਈ ਘਟਣੀ ਪਊਗੀ ਵੀ ਸਿੰਪਲ ਮੈਨ ਕੀ ਹੁੰਦਾ, ਆਮ ਆਦਮੀ ਕੀ ਹੁੰਦਾ ਹੈ, ਕਿਉਂਕਿ ਇਹਨਾਂ ਦੀ ਜਿਹੜੀ ਡੈਫੀਨੇਸ਼ਨ ਸੀਗੀ ਵੀ ਅਸੀਂ ਤਾਂ ਬਹੁਤ ਆਮ ਆਦਮੀ ਹੈਗੇ ਹਾਂ, ਇੱਥੇ ਚੀਫ ਮਿਨਿਸਟਰ ਜਾਂਦਾ ਪਿੰਡਾਂ ਤੱਕ ਦੇ ਹਥਿਆਰ ਜਮ੍ਹਾਂ ਕਰਾ ਲੈਂਦੇ, ਮਤਲਬ ਕਿ ਜਿੰਨੀ ਸਿਕਿਉਰਿਟੀ ਅਤੇ ਜਿੰਨਾ ਕਾਫਲਾ ਇਹਨਾਂ ਦੇ ਨਾਲ ਹੈਗਾ, ਇੰਨਾ ਕਿਸੇ ਅੱਜ ਤੱਕ ਦੇ ਪੰਜਾਬ ਦੇ ਚੀਫ ਮਿਨਿਸਟਰ ਦੇ ਨਾਲ ਨਹੀਂ ਹੋਇਆ। ਬਿਲਕੁਲ, ਉਹਨੂੰ ਯਾਦ ਹੋਣਾ ਜਦੋਂ ਸਰਦਾਰ ਪ੍ਰਤਾਪ ਸਿੰਘ ਕਹਿਰੋਂ ਦਾ ਕਤਲ ਹੋਇਆ, ਉਹ ਇਕੱਲਾ ਆਪਣੇ ਇੱਕ ਸਧਾਰਨ ਫੀਅਟ ਗੱਡੀ 'ਚ ਆ ਰਿਹਾ ਸੀ, ਭਾਵੇਂ ਉਸ ਟਾਈਮ 'ਤੇ ਫਾਰਮਰ ਚੀਫ ਮਿਨਿਸਟਰ ਸੀ,
ਹੁਣ ਤੁਸੀਂ ਫਾਰਮਰ ਡਿਪਟੀ ਚੀਫ ਮਿਨਿਸਟਰ ਦੇਖ ਲਓ, ਫਾਰਮਰ ਚਲੋ ਹੁਣ ਚੀਫ ਮਿਨਿਸਟਰ ਸਾਹਿਬ ਤਾਂ ਗੁਜ਼ਰ ਚੁੱਕੇ ਆ, ਪਰ ਫਾਰਮਰ ਜਿਹੜੇ ਕੈਪਟਨ ਹੈਗੇ ਆ ਇਹਨਾਂ ਨਾਲ ਦੇਖ ਲਓ ਕਿੰਨੀ ਵੱਡੀ ਸਿਕਿਉਰਿਟੀ ਹੈ। ਬਿਲਕੁਲ ਇਹ ਆਹਾ ਸਮੇਂ ਦਾ ਫਰਕ ਆ, ਮਤਲਬ ਕਿ ਇਸ ਤਰ੍ਹਾਂ ਦੇ ਜਿਹੜੇ ਆਮ ਆਦਮੀ ਦਾ ਸਨੈਰੀਓ ਵੇਚਿਆ ਜਾ ਰਿਹਾ, ਇੱਕ ਇਸ ਤਰ੍ਹਾਂ ਦਾ ਪਿਕਚਰ ਵੇਚੀ ਜਾ ਰਹੀ ਆ। ਮੇਰਾ ਖਿਆਲ ਪਿਕਚਰ ਆਪਣਾ ਹੁਣ ਸ਼ੀਨ ਗਵਾਚ ਰਹੀ ਆ, ਉਹਦੀ ਜਿਹੜੀ ਚਮਕ ਹੈਗੀ ਆ ਉਹ ਮੱਧਮ ਪੈ ਰਹੀ ਹੈਗੀ ਆ। ਬਿਲਕੁਲ ਅੱਜ ਅੱਜ ਜੇ ਪੰਜਾਬ 'ਚ ਇਲੈਕਸ਼ਨਾਂ ਹੋ ਜਾਣ ਤਾਂ ਜੇ ਕੋਈ ਚੌਥੀ ਧਿਰ ਉੱਭਰ ਆਈ ਤਾਂ ਇਹਨਾਂ ਸਾਰਿਆਂ ਨੂੰ ਉਹ ਪਛਾੜ ਦੇਣਗੇ। ਸਰਕਮਸਟਾਂਸ ਕੀ ਨੇ ਗੱਲ ਸਾਹਿਬ, ਕਈ ਧਿਰਾਂ ਨੇ ਜਿਹੜੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਅਲੱਗ ਅਲੱਗ ਨੇ, ਕੁਛ ਕਾਂਗਰਸ ਜਾਂ ਅਕਾਲੀ ਦਲ ਦਾ ਵੀ ਗ੍ਰਾਫ ਜਿਹੜਾ ਕੁਛ ਨਾ ਕੁਛ ਉੱਪਰ ਨੂੰ ਜਾ ਰਿਹਾ ਦੋਨਾਂ ਧਿਰਾਂ ਦਾ, ਸੱਤਾਧਾਰੀ ਐਂਟੀ ਇਨਕੰਬੈਂਸੀ ਵੀ ਹੈ, ਪਰ ਹੁਣ ਜਨਵਰੀ 'ਚ ਪੰਚਾਇਤ ਚੋਣਾਂ ਨੇ, ਨਗਰ ਨਿਗਮ ਚੋਣਾਂ ਨੇ, ਹੋਰ ਜਿਹੜੀਆਂ ਛੋਟੀਆਂ ਮੋਟੀਆਂ ਮਤਲਬ NRI ਸਭਾ ਦੀ ਚੋਣ ਹੈ, ਅਤੇ ਸਥਿਤੀ ਕੀ ਹੈ? ਮਤਲਬ ਸਰਕਾਰ ਦੇ ਗਰਦਨ ਦੇ ਮੂੰਗੇ ਢਿੱਲੇ ਹੋਏ ਪਏ ਆ, ਸਥਿਤੀ ਕੀ ਹੈ? ਜਿਸ ਤਰ੍ਹਾਂ ਨਾਲ ਦੂਸਰਾ ਸਵਾਲ ਵੀ ਲੈ ਲਿਓ ਜੀ। ਪੰਚਾਇਤ ਚੋਣਾਂ ਤਾਂ ਇਹ ਪ੍ਰਵੇਲ ਕਰ ਜਾਣਗੇ, ਓਕੇ, ਕਿਉਂਕਿ ਉਹ ਸੱਤਾਧਾਰੀ ਧਿਰ ਦਾ ਜ਼ੋਰ ਹੁੰਦਾ ਹੈਗਾ, ਪੰਚਾਇਤਾਂ ਨੇ ਆਪਣੀਆਂ ਗ੍ਰਾਂਟਸ ਲੈਣੀਆਂ ਹੈਗੀਆਂ। ਸੋ ਦੇ ਆਰ ਮੈਨੀ ਅਦਰ ਰੀਜ਼ਨਸ ਕਿ ਜਿਹੜੇ ਉਹਨਾਂ ਦੇ ਸਿੰਪਲਿਸਟਿਕ ਰੀਜ਼ਨਸ ਹੁੰਦੇ ਹੈਗੇ ਆ ਕਿ ਅਸੀਂ ਜੀ ਕਿਸ ਤਰ੍ਹਾਂ ਆਪਣੇ ਪਿੰਡ ਦਾ ਜਿਹੜਾ ਹੈਗਾ ਵਿਕਾਸ ਵਗੈਰਾ ਉਹਦੇ ਕੀ ਇਸ਼ੂਜ਼ ਨੇ। ਹਾਂ, ਵਕਤੀ ਤੌਰ ਤੇ ਮੈਂ ਇਹ ਸੋਚਦਾ ਵੀ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣਗੀਆਂ ਜਾਂ ਮਿਊਂਸੀਪਲ ਕਾਰਪੋਰੇਸ਼ਨ ਵੇਲੇ ਵੀ ਠੀਕ ਆ ਸਰਕਾਰ ਦਾ ਦਬਦਬਾ ਚੱਲਦਾ, ਪਰ ਫਿਰ ਵੀ ਉਹ ਉਸ ਸਟ੍ਰੇਂਜ ਰਿਜ਼ਲਟਸ ਆਉਣਗੇ ਜੇ ਕੋਈ ਹੋਰ ਇੰਡੀਪੈਂਡੈਂਟ ਕੈਂਡੀਡੇਟਸ ਇੱਥੇ ਖੜ੍ਹੇ ਹੋ ਜੀ। ਤਾਂ ਉਹ ਭਾਵੇਂ ਇਹ ਤੁਸੀਂ ਇਹ ਮਤ ਖਿਆਲ ਕਰੋ ਕਿ ਇਹਦੇ ਨਾਲ ਜਿਹੜੀਆਂ ਪੁਰਾਣੀ ਰਵਾਇਤੀ ਪਾਰਟੀਆਂ ਨੇ ਉਹ ਆਪਣਾ ਅਕਸ਼ ਸੁਧਾਰ ਸਕਦੀਆਂ ਜੀ। ਇਹ ਜੋ ਮੇਰੀ ਮੇਰੀ ਇਹ ਮੇਰੀ ਅਬਜ਼ਰਵੇਸ਼ਨ ਆ ਵੀ ਉਹ ਜਿੰਨਾ ਮਰਜ਼ੀ ਹਜੇ ਜ਼ੋਰ ਲਾ ਲੈਣ, ਲੋਕਾਂ ਦਾ ਉਹਨਾਂ ਨਾਲ ਮੋਹ ਭੰਗ ਹੋ ਚੁੱਕਿਆ ਅਤੇ ਮੋਹ ਹੁਣ ਇਹਨਾਂ ਨਾਲ ਵੀ ਬਹੁਤ ਛੇਤੀ ਭੰਗ ਹੋਇਆ, ਜਦਕਿ ਇੱਡਾ ਐਕਸਪੈਕਟਡ ਨਹੀਂ ਸੀਗਾ ਕਿ ਜਿਸ ਤਰ੍ਹਾਂ ਦੀ ਇਹ ਪਰਫੋਰਮੈਂਸ ਕਰ ਰਿਹਾ ਕਿ ਇਹਨਾਂ ਤੋਂ ਐਕਸਪੈਕਟ ਕੀਤਾ ਜਾਂਦਾ ਸੀ ਵੀ ਐਂ ਪਰਫੋਰਮੈਂਸ ਹੋਊਗੀ। ਤੁਸੀਂ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੱਸਦਾ ਕਿ ਇਸ ਟਾਈਮ 'ਤੇ ਜਿਹੜਾ ਵਿੱਤੀ ਸੰਕਟ ਹੈ ਨਾ ਪੰਜਾਬ ਦਾ, ਇਹ ਹੈਗਾ ਕਿ ਜਿਹੜੇ ਇਹਨਾਂ ਦੇ ਸਰਕਾਰੀ ਮਹਿਕਮੇ ਆ ਉਹਨਾਂ ਕੋਲ ਇੰਨਾ ਵਿੱਤੀ ਸਰਮਾਇਆ ਹੈ ਨਹੀਂ ਕਿ ਉਹ ਆਪਣੇ ਬਿਜਲੀ ਦੇ ਬਿੱਲ ਦੇ ਸਕਣ। ਬਿਲਕੁਲ, ਸਾਰਾ ਵੱਡੇ ਜਿਹੜੇ ਡਿਫਾਲਟਰ ਨੇ ਪਾਵਰ ਕਾਰਪੋਰੇਸ਼ਨ ਦੇ ਸਾਰੇ ਸਰਕਾਰੀ ਮਹਿਕਮੇ ਨੇ, ਤੇ ਤੁਸੀਂ ਸਰਕਾਰ ਦੀ ਆਹ ਸਥਿਤੀ ਹੈਗੀ ਆ ਵੀ ਇਹ ਉਸ ਮਤਲਬ ਕਿ ਇੱਕ ਮਿਆਰ ਤੱਕ ਪਹੁੰਚ ਚੁੱਕੇ ਨੇ, ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਇੰਨਾ ਕਰਜ਼ਾ ਵੀ ਨਹੀਂ ਮਿਲਣਾ ਕਿ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਉਹਦਾ ਵਿਆਜ ਮੋੜ ਸਕ ਜੀ। ਗਿੱਲ ਸਾਹਿਬ, ਤੁਸੀਂ ਇਸ ਚੀਜ਼ ਨੂੰ ਤੁਸੀਂ ਵੀ ਬਹੁਤ ਲੰਮਾ ਸਮਾਂ ਚੱਲਿਆ, ਉਦੋਂ ਵੀ ਸ਼ਾਇਦ ਵੀਡੀਓ ਦਾ ਕਾਨਫਰੰਸ ਦਾ ਸਿਲਸਿਲਾ ਉਨਾ ਨਹੀਂ ਸੀਗਾ, ਪਰ ਹੁਣ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਦੀਆਂ ਅਦਾਲਤਾਂ ਦੇ ਵਿੱਚ ਪੈਂਦੀਆਂ ਪੇਸ਼ੀਆਂ 'ਤੇ ਕੇਂਦਰ ਸਰਕਾਰ ਨੇ ਇੱਕ ਐਕਟ ਦੇ ਅਧੀਨ ਰੋਕ ਲਾਉਂਦਿਆਂ ਉਸ ਦੀ ਸਿਰਫ ਜੇਲ੍ਹ 'ਚੋਂ ਹੀ ਵੀਡੀਓ ਕਾਨਫਰੰਸ ਪੇਸ਼ੀ ਦਾ ਐਲਾਨ ਕੀਤਾ। ਵੈਸੇ ਹੋਣਾ ਵੀ ਨਹੀਂ ਚਾਹੀਦਾ, ਹੁਣ ਨਾਭਾ ਜੇਲ੍ਹ ਦੇ ਵਿੱਚ ਇੱਕ ਪ੍ਰੇਮੀ ਮਾਰੇ ਗਏ ਸੀ, ਉਹਨਾਂ ਦੇ ਮਰਨ ਤੋਂ ਬਾਅਦ ਕੰਵਰ ਵਿਜੇ ਪ੍ਰਤਾਪ ਸਿੰਘ ਜੋ ਜਾਂਚ ਟੀਮ ਸੀ ਉਹਨਾਂ ਨੇ ਅਫਸੋਸ ਦਾ ਪ੍ਰਗਟਾਵਾ ਕੀਤਾ ਕਿ ਦੋਸ਼ੀ ਮਾਰਿਆ ਜਾਂਦਾ ਹੈ, ਕਿਸੇ ਦੋਸ਼ੀ ਤਾਂ ਕੜੀ ਟੁੱਟ ਜਾਂਦੀ ਹੈ, ਪਰ ਮਾਪੇ ਨਾਰਾਜ਼ ਨੇ ਕਿ ਸਪੈਸ਼ਲ ਉਸ ਨੂੰ ਬਚਾਇਆ ਜਾ ਰਿਹਾ। ਦੇਖੋ, ਇਹਦੇ ਵਿੱਚ ਸਿਆਸੀ ਤਾਰਾਂ ਸੀ, ਇਹਦੇ 'ਚ ਮੈਂ ਸਮਝਦਾ ਕਿ ਪੰਜਾਬ ਦੇ ਗਾਇਕਾਂ 'ਚ, ਪੰਜਾਬ ਦੇ ਆਮ ਲੋਕਾਂ 'ਚ ਮਾੜਾ ਮੋਟਾ ਗੁੱਸਾ ਗਿੱਲਾ ਸੀ, ਪਰ ਕਤਲ ਦੇ ਕਾਰਨ ਕੁਛ ਸਿਆਸੀ ਵੀ ਨੇ। ਇਸ ਮਸਲੇ ਨੂੰ ਕਿਵੇਂ ਤੁਸੀਂ ਮਹਿਸੂਸ ਕਰਦੇ ਹੋ? ਅਤੇ ਦੂਸਰਾ, ਆਮ ਆਦਮੀ ਦੀ ਪਾਰਟੀ ਦੀ, ਆਮ ਆਦਮੀ ਦੀ ਗੱਲ ਕੀਤੀ ਤੁਸੀਂ, ਮੋਦੀ ਸਾਹਿਬ ਨੇ ਵੀ ਅਫਸੋਸ ਦਾ ਪ੍ਰਗਟਾਵਾ ਕੀਤਾ ਕਿ ਹਮਾਸ ਅਤੇ ਇਜ਼ਰਾਈਲ ਜੰਗ ਦੇ ਦੌਰਾਨ ਆਮ ਲੋਕ ਮਰ ਰਹੇ ਨੇ, ਇਹ ਹਰਗਿਜ਼ ਨਹੀਂ ਹੋਣਾ ਚਾਹੀਦਾ, ਅਤੇ ਇਜ਼ਰਾਈਲ ਅਤੇ ਹਮਾਸ ਮਾਮਲਿਆਂ 'ਤੇ ਸਮਾਪਤ ਕਰਾਂਗੇ ਜੀ। ਗੱਲ ਸਾਹਿਬ, ਸਿੱਧੂ ਮੂਸੇਵਾਲਾ ਕੇਸ ਜਿਹੜਾ ਨਾ, ਉਹਨੂੰ ਐਂ ਬਲੈਂਕਟ ਸੇਫਟੀ ਨੈੱਟ ਦਿੱਤਾ ਜਾ ਰਿਹਾ, ਬਲੈਂਕਟ ਸੇਫਟੀ ਨੈੱਟ, ਰੱਖ ਲਏ ਆਊਟ ਆਫ ਦਾ ਨੋਰਮਸ ਹੈਗਾ। ਓਕੇ, ਹੀ ਇਜ਼ ਨਾਟ ਬਿਗਰ ਦੈਨ ਐਨੀ ਹਿਊਮਨ ਬੀਂਗ। ਇੱਥੇ ਜੇਲ੍ਹਾਂ ਵਿੱਚ ਮੁਖਤਿਆਰ ਅੰਸਾਰੀ ਹੋਣੀ ਵੀ ਹੈਗੇ ਆ, ਇੱਥੇ ਹੋਰ ਵੀ ਬਹੁਤ ਨਾਮੀ ਬੰਦੇ ਨੇ ਛੋਟੇ ਰਾਜ ਨੂੰ ਨਾ ਹਾਰ ਕੇ, ਉਹ ਕੋਰਟ 'ਚ ਜਾਂਦੇ ਆ। ਇੱਕ ਬੰਦੇ ਨੂੰ ਫਿਗਰ ਬਿਗਰ ਦੈਨ ਇਜ਼ ਓਨ ਸੈਲਫ, ਓਕੇ,
ਇਹ ਸਰਕਾਰ ਕ੍ਰੀਏਟ ਕਰ ਰਹੀ ਆ। ਕੇਸ ਤੇ ਵੀ ਅਸਰ ਇਸ ਦਾ ਜਾਏਗਾ ਗੱਲ ਸਾਹਿਬ ਜੋ ਨਿੱਜੀ ਤੌਰ ਤੇ ਪੇਸ਼ ਨਹੀਂ ਬਿਲਕੁਲ ਹੋਣਗੇ? ਬਿਲਕੁਲ ਜਾਊਗਾ। ਜੱਜ ਕਿਸ ਤਰ੍ਹਾਂ ਨਹੀਂ ਇਸ ਇਨਫਲੂਐਂਸ ਥੱਲੇ ਆਊਗਾ ਕਿ ਹੀ ਸੰਬੋਡੀ ਅਦਰ ਦੈਨ ਸੰਬੋਡੀ, ਇਹ ਕਿਸ ਤਰ੍ਹਾਂ ਨਹੀਂ ਇਨਫਲੂਐਂਸ ਆਊਗਾ। ਇਹ ਸਾਰਾ ਤੇ ਸਾਰਾ ਜਿਹੜਾ ਉਹਨਾਂ ਦੇ ਪੇਰੈਂਟਸ ਦੇ ਜਿਹੜੇ ਹਾਦਸੇ ਨੇ ਉਹ ਬਿਲਕੁਲ ਜਾਇਜ਼ ਨੇ। ਇਟ ਵਾਜ਼ ਏ ਪਲੈਨਡ ਪੋਲੀਟੀਕਲ ਮਰਡਰ। ਇਹਦੇ ਪਿੱਛੇ ਜਿਹੜਾ ਸੀਗਾ ਅਦਰ ਦੈਨ ਅਦਰ ਫੋਰਸਿਸ ਸੀਗੀਆਂ ਜਿਹੜੀਆਂ ਆਪਾਂ ਨੂੰ ਜਾ ਰਹੇ ਹਾਂ। ਤੁਸੀਂ ਦੱਸੋ ਵੀ ਅੱਜ ਤੱਕ ਪੁਲਿਸ ਨੇ ਕੀ ਵੈਪਨ ਰਿਕਵਰ ਕੀਤੇ ਆ, ਜਦਕਿ ਇਹਨਾਂ ਨੇ ਸਾਰੇ ਬੰਦੇ ਜੇ ਸੋ ਕਾਲਡ ਇਹ ਕਹਿੰਦੇ ਆ ਸ਼ੂਟਰਸ ਜਾਂ ਵਟ ਐਵਰ ਇਟ ਇਜ਼, ਉਹ ਵੈਪਨ ਕਿੱਥੇ ਆ? ਇੱਕ ਵੀ ਵੈਪਨ ਇਹਨਾਂ ਤੋਂ ਰਿਕਵਰ ਨਹੀਂ ਹੋਇਆ। ਇੰਨੇ ਇੰਨੇ ਰਿਮਾਂਡ ਤੇ ਚੱਲ ਰਹੇ ਆ ਨਾਲੇ ਸਾਰੇ ਦੋਸ਼ੀ, ਇੰਨੇ ਰਿਮਾਂਡ ਤੇ ਚੱਲ ਰਿਹਾ ਬੰਦੇ ਟੌਰ ਨਾਲ ਆਪਣਾ ਜਾ ਰਹੇ, ਮੋਬਾਈਲ ਫੜੇ ਜਾ ਰਹੇ ਗਿੱਲ ਸਾਹਿਬ ਉਹਨਾਂ ਦੋਸ਼ੀਆਂ ਕੋਲੋਂ, ਮੋਬਾਈਲ ਹੋਰ ਚੀਜ਼ਾਂ ਜੇਲ੍ਹਾਂ 'ਚੋਂ ਫੜੀਆਂ ਜਾ ਰਹੀਆਂ ਇਸ ਕੇਸ ਦੇ ਦੋਸ਼ੀਆਂ ਤੋਂ। ਬਿਲਕੁਲ, ਹੁਣ ਰੀਸੈਂਟਲੀ ਗੋਵਿੰਦਾਲ ਸਾਹਿਬ ਤੋਂ ਫੜੇ ਫੜੀਆਂ, ਗਏ ਉਹਨਾਂ ਨੂੰ ਪਹਿਲੀ ਗੱਲ ਤਾਂ ਇਕੱਠੇ ਰੱਖਿਆ ਕਿਉਂ ਆ? ਉਹਨਾਂ ਨੂੰ ਇੱਕ ਥਾਂ ਤੇ ਕਿਉਂ ਰੱਖਿਆ ਗਿਆ? ਉੱਥੇ ਲਗਾਤਾਰ ਉੱਥੇ ਬੰਦੇ, ਉਹ ਜੇਲ੍ਹਾਂ 'ਚ ਬੰਦੇ ਕਤਲ ਕਰ ਰਹੇ ਆ। ਆਪਾਂ ਦੇਖਿਆ ਹੈ ਗੋਵਿੰਦਾਲ ਸਾਹਿਬ ਕੀ ਹੋਇਆ, ਇਹਨਾਂ ਦੇ ਗੈਂਗ ਦਾ ਹੀ ਫਾਈਟ ਹੋਈ ਹੈ ਨਾ। ਬਿਲਕੁਲ। ਵੈਸੇ ਗੱਲ ਸਾਹਿਬ ਮੈਂ ਇੱਕ ਗੱਲ ਕਰਦਾ ਹੁੰਦਾ, ਜਟਕਾ ਗੱਲ ਕਹਿ ਦਿੰਦੇ ਆਮ, ਜਟਕਾ ਜਰਨਲਿਜ਼ਮ 'ਚ ਵੇਖਿਆ ਜਾਵੇ। ਦੇਖੋ ਇਸ ਠੀਕ ਹੈ, ਬਲਤੇਜ ਪੰਨੂ ਨੇ ਪੋਸਟ ਪਾਤੀ, ਰੂਟੀਨ 'ਚ ਪੱਤਰਕਾਰ ਪਾਉਂਦੇ ਨੇ, ਅਗਲਾ ਕਹਿੰਦਾ ਮੇਰੇ ਕੋਲ ਖਬਰ ਆ, ਚਲੋ ਸਰਕਾਰ ਦੇ ਨਾਲ ਵੀ ਹੈ ਉਹ, ਉਸ ਨੂੰ ਹੀ ਇਸ ਕਾਂਡ ਦਾ ਜ਼ਿੰਮੇਵਾਰ ਜਾਂ ਬੱਬੂ ਮਾਨ ਨਾਲ ਥੋੜ੍ਹਾ ਜਿਹਾ ਇੱਟ ਖੜੱਕਾ ਗਾਇਕਾਂ ਦਾ ਆਪਸ 'ਚ ਹੁੰਦਾ, ਆਮ ਲੋਕਾਂ ਦਾ ਵੀ ਹੁੰਦਾ ਹੈ, ਜ਼ਰੂਰ ਹੋਏਗਾ, ਗੈਂਗਸਟਰ ਨਾਲ ਵੀ ਥੋੜ੍ਹਾ ਬਹੁਤਾ ਹੋਏਗਾ, ਪਰ ਬੰਦਾ ਮੌਤ ਤੱਕ ਕਤਲ ਤੱਕ ਨਹੀਂ ਜਾਂਦਾ ਪਿੱਛੋਂ ਅਗਰ ਕੋਈ ਵੱਡੀ ਸਿਆਸੀ ਧਿਰ ਦੀ ਸਪੋਰਟ ਨਾ ਹੋਵੇ। ਸੋ ਇਸ ਸਿਲਸਿਲੇ ਦੇ ਵਿੱਚ ਗੱਲ ਤੁਸੀਂ ਵੇਖੋ ਕਿ ਇਕੱਲਾ ਪੰਜਾਬ ਸਰਕਾਰ ਨੂੰ, ਕਿਉਂਕਿ ਦੇਖੋ ਜੇ ਬੇਅਦਬੀ ਹੋਈ ਆ ਤਾਂ ਸਿੱਧੇ ਬਾਦਲ, ਹੁਣ 5 ਵਾਰ CM ਹੈ, ਉਹਨੂੰ ਪਤਾ ਨਹੀਂ, ਉਹ ਕਹਿੰਦੇ ਜੀ ਬਾਦਲਾਂ ਨੇ ਖੁਦ ਕਰਾਤੀ। ਸੂਰਜ ਸਿੰਘ ਖਾਲਸਾ ਦੇ ਜੁਆਈ ਦਾ ਮਰਡਰ ਹੁੰਦਾ ਭੋਲੇ ਦਾ, ਅਤੇ ਇੱਥੇ ਗੱਲ ਚੱਲ ਗਈ ਜੀ ਸੂਰਜ ਸਿੰਘ ਖਾਲਸਾ ਸਟ੍ਰਾਈਕ 'ਤੇ ਸੀਗਾ, ਇਸ ਕਰਕੇ ਕਿ ਬਾਦਲਾਂ ਨੇ ਭੋਲੇ ਦਾ ਕਤਲ ਕਰਾਤਾ। FBI ਅਜੇ ਤੱਕ ਭੋਲੇ ਦੇ ਕਤਲ ਨਹੀਂ ਲੱਭ ਸਕੀ, 9 ਸਾਲ ਹੋ ਗਏ ਮੇਰੇ ਖਿਆਲ, 15 ਦਾ ਇੰਸੀਡੈਂਟ ਹੈ। ਮਤਲਬ ਇੱਕ ਅਸੀਂ ਜਟਕਾ ਗੱਲ ਕਹਿ ਕੇ ਨਹੀਂ ਜੀ ਇਹਨਾਂ ਨੇ ਕਰਾਤਾ, ਫਲਾਣੇ ਨੇ ਕਰਾਤਾ, ਟਮਕਾਣੇ ਨੇ ਗਾਇਕ ਨੇ ਕਰਾਤਾ, ਬਲਤੇਜ ਦੋਸ਼ੀ ਹੈ। ਸੋ ਇਸ ਮਾਮਲੇ 'ਚ ਜੇ ਵੇਖਿਆ ਜਾਵੇ, ਭਗਵੰਤ ਮਾਨ ਸਰਕਾਰ ਇਸ ਮੂਸੇ ਵਾਲੇ ਕੇਸ ਤੋਂ ਬਾਅਦ ਟੁੱਟਦੀ ਟੁੱਟਦੀ ਬਚੀ, ਸੰਗਰੂਰ 'ਚ ਇਹਨਾਂ ਦਾ ਸੂਫੜਾ ਸਾਫ਼ ਹੋ ਗਿਆ। ਸੋ ਉਹਦੇ ਕਾਰਨ ਭਾਵੇਂ ਹੋਰ ਨੇ, ਫਿਰ ਕਿਹੜੇ ਸਿਆਸੀ ਧਿਰ ਨੂੰ ਨਹੀਂ ਪਤਾ ਕਿ ਅਸੀਂ ਜੇ ਇਸ ਤਰ੍ਹਾਂ ਕਰਾਂਗੇ ਸਾਡਾ ਸੂਫੜਾ ਸਾਫ਼ ਹੋਏਗਾ। ਕਈ ਵਾਰੀ ਐਂਟੀ ਲੋਕ ਅਜਿਹਾ ਕਰਕੇ ਤੁਹਾਡੇ ਗਲ ਪਾ ਜਾਂਦੇ ਨੇ। ਸੋ ਇਸ ਦੌਰਾਨ ਜੇ ਵੇਖਿਆ ਜਾਵੇ, ਹੁਣ ਸੈਂਟਰ ਦੀ ਕਿੱਡੀ ਮਜਬੂਰੀ ਹੈ, ਇੱਕ ਪਾਸੇ 56 ਇੰਚ ਸੀਨੇ ਵਾਲੇ ਸਾਡੇ PM ਸਾਹਿਬ ਨੇ, ਇੱਕ ਪਾਸੇ ਆਮ 35-40 ਕਿਲੋ ਦਾ ਮੇਰੇ ਵਰਗਾ ਉਹ ਹੈਗਾ, ਉਸ ਨੂੰ ਐਡਾ ਸਟੇਟਸ ਦਿੱਤਾ ਜਾ ਰਿਹਾ ਕਿ ਨਹੀਂ ਜੇਲ੍ਹ 'ਚੋਂ ਬਾਹਰ ਕੱਢਣਾ ਇਹ ਹੋ ਜਾਏਗਾ, ਕਿਉਂਕਿ ਉਹ ਲਿਖ ਕੇ ਵੀ ਦੇ ਚੁੱਕਾ ਹੈ ਕਿ ਮੈਨੂੰ ਰਾਜਸਥਾਨ ਅਤੇ ਪੰਜਾਬ ਦੀਆਂ ਜੇਲ੍ਹਾਂ 'ਚੋਂ ਖਤਰਾ, ਤਿਹਾੜ ਵਰਗੀ ਸੇਫ ਜੇਲ੍ਹ ਦੇ ਵਿੱਚੋਂ ਉਹ ਇੱਕ ਗੋਂਦ ਗੋਂਦ ਕੇ ਇਸ ਮਰਡਰ ਨੂੰ ਅੰਜਾਮ ਦਵਾ ਦਿੰਦੇ ਨੇ, ਉਸ ਤੋਂ ਉੱਪਰ ਕਿਹੜੀ ਜੇਲ੍ਹ ਹੋ ਸਕਦੀ ਹੈ? ਕਿਤੇ ਨਾ ਕਿਤੇ ਗ੍ਰਹਿ ਮੰਤਰਾਲੇ ਨੂੰ, ਸੈਂਟਰ ਨੂੰ ਸੋਚਣਾ ਚਾਹੀਦਾ ਹੋ ਕੀ ਰਿਹਾ, ਪਰ ਮੀਡੀਆ ਦੀਆਂ ਆਪਣੀਆਂ ਮਜਬੂਰੀਆਂ ਨੇ, ਲੋਕਾਂ ਦੀਆਂ ਆਪਣੀਆਂ ਮਜਬੂਰੀਆਂ ਨੇ, ਇੱਥੋਂ ਤੱਕ ਕਿ ਮਾਪਿਆਂ ਦੀਆਂ ਵੀ ਮਜਬੂਰੀਆਂ ਨੇ, ਖੁੱਲ੍ਹ ਕੇ ਨਹੀਂ ਬੋਲ ਪਾਉਂਦੇ ਅਸਲ ਮਸਲੇ 'ਤੇ ਉਹ। ਸੋ ਕੀ ਸਮਝਦੇ ਹੋ ਕਿ ਇਸ ਕੇਸ ਦਾ ਫਿਰ ਅਖੀਰ ਕੀ ਹੁੰਦਾ, ਅਤੇ ਦੂਸਰਾ ਹਮਾਸ ਇਜ਼ਰਾਈਲ? ਜਿਹੜੇ ਮੈਂ ਜਦੋਂ ਮੈਂ ਮਿਲਿਆ ਵੀ ਸੀਗਾ ਉਹਦੇ ਪੇਰੈਂਟਸ ਨੂੰ, ਮੈਂ ਉਦੋਂ ਵੀ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਹਾਈ ਕੋਰਟ ਮੂਵ ਕਰੋ ਫੋਰ ਪ੍ਰੋਪਰ ਇਨਵੈਸਟੀਗੇਸ਼ਨ, ਜੇ ਤੁਸੀਂ ਸੈਟਿਸਫਾਈ ਨਹੀਂ ਗਏ ਇਨਵੈਸਟੀਗੇਸ਼ਨ ਦੇ ਨਾਲ। ਉਹਨਾਂ ਮੈਂ ਕਿਹਾ ਸੀ ਵੀ ਜੇ ਤੁਹਾਨੂੰ ਵਕੀਲ ਨਹੀਂ ਕੋਈ ਹੈਗਾ ਤਾਂ ਅਸੀਂ, ਮੈਂ ਤੁਹਾਨੂੰ ਵਕੀਲ ਅਰੇਂਜ ਕਰਕੇ ਦਿੰਦਾ ਹੈਗਾ, ਮਤਲਬ ਕਿ ਆਪਾਂ ਤਾਂ ਇਹੀ ਕੁਛ ਕਹਿ ਸਕਦੇ ਹੈਗੇ ਹਾਂ। ਪਰ ਇਹ ਜੋ ਕੁਛ ਵੀ ਹੋ ਰਿਹਾ ਇਹ ਵੈਰੀ ਅਨਯੂਜਲ ਹੈਗਾ ਜੀ, ਐਂਡ ਇਟ ਇਜ਼ ਆਊਟ ਆਫ ਦਾ ਨੋਰਮਸ ਐਂਡ ਵੈਰੀ ਅਨਲੋਫੁਲ। ਇਹ ਕਾਨੂੰਨ ਮੁਤਾਬਕ ਨਹੀਂ ਹੋ ਰਿਹਾ, ਇਹ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਜੋ ਕੁਛ ਹੋ ਰਿਹਾ ਹੈਗਾ। ਅਤੇ ਮੇਰਾ ਖਿਆਲ ਭਾਵੇਂ ਠੀਕ ਆ ਕਿ ਉਹਦਾ ਜਿਹੜਾ ਹੁਣ ਨਵਾਂ ਗੀਤ ਆਇਆ, ਮੈਂ ਉਹਦੇ ਨਾਲ ਐਗਰੀ ਨਹੀਂ ਕਰਦਾ ਬਿਲਕੁਲ। ਉਹ ਵੀ ਚਲੋ ਹਾਂ ਸਹੀ ਗੱਲ, ਆਪਾਂ ਕੀਤਾ ਪ੍ਰੋਗਰਾਮ ਇਸ ਤਰ੍ਹਾਂ ਦੀ ਇਮੇਜ ਆ ਤਾਂ ਫਿਰ ਆਪਾਂ ਡਿਫੈਂਡ ਕਰਨਾ ਆਪਣੇ ਲਈ ਵੀ ਬਹੁਤ ਮੁਸ਼ਕਲ ਹੈਗਾ। ਮੈਂ ਜਿੰਨਾ ਕੁ ਡਿਫੈਂਡ ਕਰ ਸਕਦਾ ਸੀ ਮੈਂ ਇਹਨੂੰ ਕੀਤਾ ਹੈਗਾ, ਪਰ ਹੁਣ ਮੈਂ ਇਸ ਗਾਣੇ ਤੋਂ ਬਾਅਦ
ਮੈਨੂੰ ਵੀ ਸੈਕਿੰਡ ਥਾਟਸ ਨੇ ਕਿ ਕੀ ਆਪਾਂ ਇਸ ਤਰ੍ਹਾਂ ਦੀ ਰੁਚੀ ਜਿਹੜੀ ਰੱਖਦੇ ਹੈਗੇ ਆ, ਕੀ ਆਪਾਂ ਨੌਜਵਾਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ। ਮਤਲਬ ਮੈਸੇਜ ਇਸ ਵਿੱਚ ਬਹੁਤ ਵੱਡਾ ਸਵਾਲ ਖੜੇ ਕਰਦਾ ਉਹਦਾ ਇਹ ਗੀਤ। ਇਹ ਐਸ ਵਾਈ ਐਲ ਦਾ ਗੀਤ ਨਹੀਂ ਗਾ, ਜਿਹੜਾ ਇਹਨੇ ਉਦੋਂ ਇਮੋਸ਼ਨਸ ਉਠਾਈਆਂ ਸੀਗੀਆਂ ਨੌਜਵਾਨਾਂ ਲਈ, ਬੜੀ ਗਲਤ ਐਗਜ਼ਾਮਪਲ ਹੈਗੀ ਆ ਇਸ ਤਰ੍ਹਾਂ ਦੇ ਵੈਪਨਸ ਨੂੰ ਯੂਟੀਲਾਈਜ਼ ਕਰਨਾ ਕਿ ਜੇ ਤੂੰ ਮੇਰੇ ਹੱਥ ਆ ਗਿਆ ਤਾਂ ਮੈਂ ਨਹੀਂ ਛੱਡਦਾ, ਜੇ ਮੈਂ ਆ ਗਿਆ ਤਾਂ ਮੈਂ ਨਹੀਂ ਛੱਡਦਾ। ਫਿਰ ਉਹ ਹੱਥ ਆ ਵੀ ਗਏ ਇੱਕ ਦੂਜੇ ਦੇ ਦੋਨੋਂ। ਲਾਈਫ ਤਾਂ ਜਿਹੜੇ ਜੇਲ੍ਹਾਂ 'ਚ ਨੇ, ਲਾਈਫ ਤਾਂ ਉਹਨਾਂ ਦੀ ਵੀ ਮਾੜੀ ਹੈ, ਤਾਂ ਪਤਾ ਹੀ ਹੈ ਕਿ ਆਖੀਰ ਤਾਂ ਗੋਲੀ ਹੈ। ਗੈਂਗਸਟਰਾਂ ਦੀ ਕਿੰਨੀ ਕੁ ਲੰਮੀ, ਕਿੰਨੇ ਕੁ ਪਰਸੈਂਟ ਦੀ ਉਮਰ ਲੰਮੀ ਹੈ। ਹਾਂ, ਇਸ ਇਹ ਇੱਕ ਬੈਡ ਐਗਜ਼ਾਮਪਲ ਹੈਗੀ ਫਾਰ ਦਾ ਯੂਥ, ਐਂਡ ਇਸ ਤਰ੍ਹਾਂ ਦੇ ਰੋਲ ਮਾਡਲਸ ਉੱਭਰਨੇ ਸੋਸਾਇਟੀ 'ਚ, ਇਹ ਬੜਾ ਆਪਣਾ ਮੰਦ ਭਾਗ ਹੈਗਾ। ਵੈਸੇ ਦੇਖੋ ਗਿੱਲ ਸਾਹਿਬ, ਕੋਈ ਕਾਲਜਾਂ ਯੂਨੀਵਰਸਿਟੀਆਂ 'ਚ ਲੜਾਈਆਂ ਹੁੰਦੀਆਂ ਨੇ, ਕੋਈ ਕੰਪਰੋਮਾਈਜ਼ ਕਰਾਉਂਦਾ ਸੀ, ਇਹਨਾਂ ਧਿਰਾਂ ਦੇ ਵਿੱਚ ਕੰਪਰੋਮਾਈਜ਼ ਨਾ ਦੀ ਕੋਈ ਚੀਜ਼ ਹੀ ਨਹੀਂ, ਕੋਈ ਕਰਾਉਣ ਨੂੰ ਤਿਆਰ ਨਹੀਂ। ਸੋ ਨਿੱਕੀ ਨਿੱਕੀ ਗੱਲ 'ਤੇ ਇੱਕ ਦੂਸਰੇ ਦੇ ਪੁੱਤ ਅਤੇ ਪੰਜਾਬ, ਹਰਿਆਣਾ, ਪੰਜਾਬ ਦੇ ਸਾਰੇ ਭਾਰਤ ਦੇ ਨੇ ਆਪਸ 'ਚ ਲੜ ਲੜ ਕੇ ਮਰੀ ਜਾਂਦੇ ਨੇ। ਮਿਸ਼ਨ ਕੋਈ ਨਹੀਂ, ਮੰਤਵ ਕੋਈ ਨਹੀਂ, ਬਸ ਐਵੇਂ ਹੀ ਮੁੱਛ ਦਾ ਸਵਾਲ। ਸੋ ਉਹਦੇ 'ਚ ਪੋਲੀਟੀਕਲ ਪਾਰਟੀਆਂ ਸਾਨੂੰ ਕੈਸ਼ ਕਰਦੀਆਂ ਨੇ, ਪੋਲੀਟੀਕਲ ਪਾਰਟੀਆਂ ਦੀ ਇਹ ਆਣਾ ਐਲਾਨੀ ਫੋਰਸ ਹੈ। ਹੁਣ ਸੰਜੇ ਰਾਊਤ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਦੱਸੋ ਕਿਉਂਕਿ ਪੋਲੀਟੀਕਲ ਹੈ ਉਹਦਾ ਕੀ ਲੱਗਾ ਦੇਗਾ ਕਿ ਦਿੱਲੀ ਵੜ ਕੇ ਦਿਖਾਈ, ਦੱਸੋ ਕੀ ਦੇਖ। ਅੱਜ ਨਾ ਮੈਂ ਮਨਕੀਰਤ ਔਲਖ ਜਿਹੜਾ ਸਿੰਗਰ ਆ ਉਹਦੇ ਫਾਦਰ ਦੀ ਇੰਟਰਵਿਊ ਦੇਖ ਰਿਹਾ ਸੀ, ਤੇ ਮੈਨੂੰ ਬੜਾ ਤਰਸ ਆਇਆ ਉਹਨਾਂ ਤੇ, ਜਿਸ ਤਰ੍ਹਾਂ ਦੀ ਉਹਨਾਂ ਨੇ ਆਪਣੀ ਬੇਬਸੀ ਦਿਖਾਈ ਹੈ ਵੀ ਸਾਨੂੰ ਕਿਉਂ ਇਸ ਕੇਸ ਦੇ ਵਿੱਚ ਘੜੀਸਿਆ ਜਾ ਰਿਹਾ, ਵੀ ਮੇਰੇ ਮੁੰਡੇ ਨੂੰ, ਸਾਡੇ ਪਰਿਵਾਰ ਨੂੰ ਅਸੀਂ ਇੱਕ ਬਹੁਤ ਵੱਡੀ ਥ੍ਰੈਟ ਪਰਸੈਪਸ਼ਨ ਥੱਲੇ ਜੋੜ ਰਹੇ ਹਾਂ। ਮੈਂ ਨਹੀਂ ਸੋਚਦਾ ਵੀ ਕੋਈ ਸਿੰਗਰ ਜਿਹੜਾ ਹੈਗਾ ਇੰਨਾ ਡੇਅਰ ਕਰੂਗਾ ਕਿ ਆਪਣੇ ਫੈਲੋ ਸਿੰਗਰ ਦੇ ਨਾਲ ਇੱਥੋਂ ਕਤਲੋ ਗੈਰਤ ਤੱਕ ਜਾਊਗਾ। ਬਿਲਕੁਲ, ਪਰ ਉਸ ਜੋ ਉਹਦੇ ਮੈਂ ਫਾਦਰ ਦਾ ਦੇਖਿਆ, ਉਹ ਨੰਬਰਦਾਰ ਹੈਗੇ ਨੇ, ਮਤਲਬ ਕਿ ਇਟ ਲੁਕਡ ਵੈਰੀ ਵੈਰੀ ਮਤਲਬ ਕਿ ਸ਼ੇਮਫੁੱਲ ਕਿ ਕਿੱਥੋਂ ਤੱਕ ਆਪਣਾ ਮਤਲਬ ਕਿ ਇਲਜ਼ਾਮ ਤਰਾਸ਼ੀ ਆ ਚੁੱਕੀ। ਹਾਂ, ਪੰਜਾਬ ਦੀਆਂ ਪੀੜ੍ਹੀਆਂ ਖਤਮ ਹੋ ਰਹੀਆਂ ਗਿੱਲ ਸਾਹਿਬ, ਦੋਨੇ ਤਿੰਨੇ ਪਾਸਿਆਂ ਤੋਂ। ਹਾਂ, ਇਹ ਚੀਜ਼ ਹੈਗੀ ਆ। ਅਤੇ ਆਖਿਰ 'ਚ ਗਿੱਲ ਸਾਹਿਬ, ਹਮਾਸ ਦੇ ਵੱਲ ਨੂੰ ਚੱਲੀਏ, ਮੋਦੀ ਸਾਹਿਬ ਦਾ ਵੀ ਬਿਆਨ ਆ ਕਿ ਆਮ ਆਦਮੀ 'ਤੇ ਜ਼ੁਲਮ ਨਹੀਂ ਹੋਣਾ ਚਾਹੀਦਾ, ਪਰ ਕੁਝ ਨਹੀਂ ਹੋ ਰਿਹਾ, ਸਰਕਮਸਟਾਂਸ ਉਵੇਂ ਦੇ ਉਵੇਂ ਹੀ। ਈਵਨ ਯੂਨਾਈਟਿਡ ਨੇਸ਼ਨਸ ਨੇ ਯੂਨੈਨੀਮਸ ਰੈਜ਼ੋਲੂਸ਼ਨ ਪਾਸ ਕੀਤਾ ਸੀ ਬੜੀ ਮੁਸ਼ਕਲਾਂ ਦੇ ਨਾਲ, ਉਹਨੂੰ ਵੀ ਦਰਕਿਨਾਰ ਕਰਤਾ ਇਜ਼ਰਾਈਲ। ਇੱਥੋਂ ਤੱਕ ਇਜ਼ਰਾਈਲ ਦਾ ਦਬਦਬਾ ਹੈਗਾ ਅਮੈਰੀਕਾ ਦੀ ਸਪੋਰਟ ਕਰਕੇ ਕਿ ਜਿਹੜੇ ਪੱਛਮ ਯੂਰਪ ਦੇ ਵਿੱਚ ਜ਼ਾਇਨਿਜ਼ਮ ਜਾਂ ਇਜ਼ਰਾਈਲ ਦੀ ਆਲੋਚਨਾ ਕਰਨਾ ਇੱਕ ਮਤਲਬ ਕਿ ਮੰਨਿਆ ਜਾ ਰਿਹਾ, ਉਹਨੂੰ ਐਂਟੀ ਸੈਮੈਟਿਕ ਮੰਨਿਆ ਜਾ ਰਿਹਾ ਕਿ ਉਹ ਇਜ਼ਰਾਈਲ ਦੇ ਖਿਲਾਫ਼ ਹੈਗਾ, ਜੂਆਂ ਦੇ ਖਿਲਾਫ਼ ਬੰਦਾ ਬੋਲ ਰਿਹਾ, ਅਤੇ ਉਹਨਾਂ ਨੂੰ ਵੀ ਪਬਲਿਸ਼ ਨਹੀਂ ਕੀਤਾ ਜਾ ਰਿਹਾ ਉਹਨਾਂ ਦੇ ਵਿਊ ਪੁਆਇੰਟਸ। ਜੇ ਕਿਤੇ ਵੀ ਸਟੂਡੈਂਟਸ ਜਾਂ ਪਬਲਿਕ ਪ੍ਰੋਟੈਸਟ ਕਰ ਰਹੀ ਹੈਗੀ ਆ ਉਹਨਾਂ ਨੂੰ ਡਿਸਕਰੇਜ ਕੀਤਾ ਜਾ ਰਿਹਾ। ਤੁਸੀਂ ਦੇਖ ਲਓ ਕਿ ਹੁਣ ਇੰਗਲੈਂਡ ਦੀ ਜਿਹੜੀ ਹੋਮ ਸੈਕਟਰੀ ਆ ਉਹਨੂੰ ਉਹਦੀ ਜੋਬ ਤੋਂ ਲਾਉਣਾ ਪਿਆ ਕਿਉਂਕਿ ਉਹਨਾਂ ਦੇ ਬੜੇ ਸਟਰੋਂਗ ਕਾਮੈਂਟ ਸੀਗੇ ਇਨ ਫੇਵਰ ਆਫ ਇਜ਼ਰਾਈਲ, ਉਹਨਾਂ ਨੇ ਇਹ ਗੱਲ ਕਹੀ ਹੈਗੀ ਆ। 12,000 ਪਲੱਸ ਹੁਣ ਤੱਕ ਸਿਵਿਲੀਅਨ ਬੰਦਾ ਮਰ ਚੁੱਕਿਆ, 5,000 ਪਲੱਸ ਚਿਲਡਰਨ ਨੇ, ਮੈਂ ਨਹੀਂ ਮਤਲਬ ਕਿ 3,000 ਪਲੱਸ ਔਰਤਾਂ ਨੇ। ਜਿਹੜੇ ਹੁਣ ਜਿਹੜਾ ਮੇਨ ਹੋਸਪਿਟਲ ਸੀਗਾ ਅਲਸਫਾ ਉਹ ਖਾਲੀ ਕਰਾਇਆ ਗਿਆ, ਸਿਰਫ ਉੱਥੇ ਕ੍ਰਿਟੀਕਲੀ ਇਲ ਜਿਹੜੇ ਬੱਚੇ ਨੇ, 31 ਬੱਚੇ ਕਿੰਨੇ ਨੇ ਉਹ ਉੱਥੇ ਬਚੇ ਨੇ, ਜਾਂ ਜਿਹੜੇ ਸਵੇਅਰਲੀ ਇੰਜਰਡ ਨੇ ਜਿਹਨਾਂ ਦੀਆਂ ਸਪਾਈਨਲ ਇੰਜਰੀਜ਼ ਨੇ, ਜਿਹੜੇ ਮੂਵ ਨਹੀਂ ਕਰ ਸਕਦੇ ਸ਼ਾਰਪਨਰ ਦੇ, ਉਹਨਾਂ ਨੂੰ ਵੂਂਡਸ ਨੇ, ਮਤਲਬ ਕਿ ਇੱਥੇ ਜਾ ਕੇ ਅੱਜ ਮਾਨਵਤਾ ਸਾਰੀ ਦੁਨੀਆ ਦੇ ਸਾਹਮਣੇ ਪਿਘਲ ਰਹੀ ਹੈ। ਬਿਲਕੁਲ, ਤੇ ਅੱਜ ਦੁਨੀਆ ਦੀਆਂ ਜਿਹੜੀਆਂ ਤਾਕਤਾਂ ਨੇ ਉਹ ਇੱਕ ਤਮਾਸ਼ਬੀਨ ਤਾਕਤਾਂ ਬਣ ਕੇ ਰਹਿ ਗਈਆਂ ਨੇ ਲੋਕਾਂ ਦੇ ਵਿੱਚ, ਜਿਸ ਤਰ੍ਹਾਂ ਦਾ ਹੁਣ ਪੈਲਸਟੀਨੀਅਨ ਦੇ ਹੱਕ ਵਿੱਚ ਉਹ ਉੱਠਿਆ ਹੈਗਾ, ਉਹ ਮਤਲਬ ਕਿ ਕਦਰ ਕਰਨੀ ਚਾਹੀਦੀ ਉਹਦੀ, ਪਰ ਉਹਨੂੰ ਜਿਹੜੀ ਵਰਲਡ ਪ੍ਰੈਸ ਦਾ ਮੇਨ ਸਲੋਟਸ ਹੈ ਉਹਨੂੰ ਦਰਕਿਨਾਰ ਕਰ ਰਹੇ ਹੈਗੇ ਲੋਕਾਂ ਦੇ ਵਿੱਚ, ਜਿਸ ਤਰ੍ਹਾਂ ਆਵਾਜ਼ ਉੱਠੀ ਆ ਹਮਾਸ ਦਾ ਇੱਕ ਬਹਾਨਾ ਬਣਿਆ,
क्योंकि जदों सैकटरी जनरल यूनाइट नेशन एंटोनियो गटेरस ने यह गल कही सी कि जो अक्टूबर 7 नूं इंसीडेंट होया वो एक चाण चक नहीं सीगा, उन्हां नूं तुसीं दहाकियां तों उन्हां लोकां नूं घेरिया होया, उन्हां दी जिंदगी घेरी हुई है, उन्हां दे घर घेरे हुए जी, अल्टीमेटली प्रैशर बस्ट पाइप्स बस्ट हो गया, पाइप्स बस्ट कीतियां ने इन्ने प्रैशर थले जी। उसका बहुत इतराज होया सीगा इजराइल वालों भी ते होर ताकतां वालों, जिस तरह प्रेसिडेंट बाइडन जदे इजराइल गए है अक्टूबर 7 दे इंसीडेंट बारे ते हुणे गाजा क्यों नहीं जांदे, बिल्कुल अपने आप नूं कहंदे आ कि मैं डेमोक्रेसी बारे सेव करना, डेमोक्रेसी मेरी बहुत वड्डा एक जिंदगी का एम हैगा, ह्यूमन राइट साडा एम आ जी। फिर हुण तुहाडे सामने मानवता पिघल रही है दुनिया दीआं ताकतां सामने, क्योंकि प्राइम मिनिस्टर नरेंद्र मोदी ने भी पहले दिन इजराइल की सपोर्ट की, पर फिर जो पब्लिक सेंटीमेंट इन्होंने देखिया भावें इन्होंने इत्थे बहुत पब्लिक डेमोन्स्ट्रेशनस कराइयां इजराइल के हक में, पर अल्टीमेटली जिहड़ा स्टूडेंट्स ते होर थां तों रोह उठिया, जिहड़ा आप कुदरती रूह उठिया भारत अंदर भी, ਉਹਨੂੰ ਦੇਖ ਕੇ ਇਹਨਾਂ ਨੂੰ ਆਪਣਾ ਸਟੈਂਸ ਪਬਲਿਕ ਦਾ ਬਦਲਣਾ ਪਿਆ ਹੈ। ਬਿਲਕੁਲ ਸਾਹਿਬ, ਬਿਲਕੁਲ ਉਮੀਦ ਅਲਟੀਮੇਟਲੀ ਇਹਨਾਂ ਨੇ ਹੁਣ ਯੂਨਾਈਟਿਡ ਨੇਸ਼ਨ ਦਾ ਜਿਹੜਾ ਰੀਸੈਂਟ ਸਿਕਿਉਰਿਟੀ ਕੌਂਸਲ ਦਾ ਰੈਜ਼ੋਲਿਊਸ਼ਨ ਸੀਗਾ ਉਹਦੇ ਹਾਂ ਵਿੱਚ ਹਾਂ ਮਿਲਾਉਣੀ ਪਈ। ਜੀ ਗਿੱਲ ਸਾਹਿਬ, ਥੈਂਕ ਯੂ। ਸੋ ਇਹ ਸਨ ਦੋਸਤ ਰਣਜੀਤ ਸਿੰਘ ਕੋਕੀ ਗਿੱਲ, ਸੋ ਇਸ ਦੇ ਨਾਲ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਅਤੇ ਗਿੱਲ ਸਾਹਿਬ ਨੂੰ ਦਿਵਾ ਗਿਆ। ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਮਿਹਰਬਾਨੀ। ਥੈਂਕ ਯੂ ਸੋ ਮਚ।